ਕਿਵੇਂ ਚੜਿਆ ਜਿਹੜਾ ਸੂਫੀ ਰੰਗ ਹੈ ਇਹ ਜ਼ਿੰਦਗੀ ਚ ਕਿਵੇਂ ਆਇਆ ਕਿਸ ਸਿਲਸਲੇ ਚ ਬੈਤੋ ਔਰ ਕਿੰਨਾ ਦੇ ਬੈਤੋ ਤੁਹਾਡੀ ਸ਼ਾਇਰੀ ਚ ਕਲਾਸਿਕਲ ਸ਼ਾਇਰੀ ਦਾ ਰੰਗ ਨਜ਼ਰ ਆਉਂਦਾ ਹੈ ਇਹ ਰੰਗ ਕਿਵੇਂ ਆਇਆ ਤੁਹਾਡੀ ਨਜ਼ਮ ਬੜੀ ਮਸ਼ਹੂਰ ਹੋਈ ਜੀ ਉਠ ਸ਼ਾ ਹੁਸੈਨਾ ਵੇਖ ਲੈ ਔਰ ਲੱਖੋ ਲੋਕ ਨੂੰ ਦੇਖ ਰਹੇ ਨੇ ਬਲਕਿ ਕਰੋੜਾਂ ਲੋਕ ਦੇਖ ਰਹੇ ਨੇ ਕਿਉਂਕਿ ਕੁਝ ਲੋਕਾਂ ਨੇ ਉਹਦੀ ਕੁਝ ਲਾਈਨਸ ਪਹਿਲੇ ਵਾਲੇ ਸੁਣੀਆਂ ਨੇ ਇਹ ਰੰਗ ਚੜਨ ਤੋਂ ਪਹਿਲੇ ਕੋਈ ਮੁਹੱਬਤ ਹੋਈ ਜੀ ਕਿਉਂਕਿ ਇਸ ਮੁਹੱਬਤ ਤੇ ਤੁਸੀਂ ਆ ਗਏ ਇਸ ਤੋਂ ਪਹਿਲੇ ਕੋਈ ਦੁਨੀਆਵੀ ਮੁਹੱਬਤ ਕੋਈ ਗਾਣੇ ਸੁਣਦੇ ਹੋ ਜੀ ਹਾਂ ਬਹੁਤ ਸੁਣਨੇ ਕਿਹੜਾ ਫੇਵਰਟ ਗਾਣਾ ਹੈ ਜੀ ਤੁਹਾਡਾ ਪਸੰਦੀਦਾ ਗਾਣਾ ਕਿਹੜਾ ਸਾਂਝੇ ਪੰਜਾਬ ਦੀ ਗੱਲ ਕਰਦੇ ਹੋ ਜੀ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਆਉਜ਼ ਬਿੱਲ੍ਲਾਹ ਨੈ ਸ਼ੈਤਾਨ ਰਜীম ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਮੈਂ ਹਾਂ ਫਾਜ਼ ਸ਼ਫੀਕ ਔਰ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਫਾਜ਼ ਸ਼ਫੀਕ ਅਫੀਸ਼ੀਅਲ ਇਸ ਵਕਤ ਮੈਂ ਇੱਕ ਐਸੇ ਸ਼ਾਇਰ ਨਾਲ ਮੌਜੂਦ ਹਾਂ ਅਜੋਕੇ ਸ਼ਾਇਰ ਘਾਟੋਰ ਇੱਕ ਸੂਫੀ ਜ਼ਿਆਦਾ ਨਜ਼ਰ ਆਉਂਦੇ ਨੇ ਕਿਉਂਕਿ ਜਦੋਂ ਮੈਂ ਇਹਨਾਂ ਦੇ ਘਰ ਦਾਖਿਲ ਹੋਇਆ ਤਾਂ ਇੱਕ ਆਸਤਾਨੇ ਦਾ ਗੁਮਾ ਮੈਨੂੰ ਹੋਇਆ ਔਰ ਕਿਤਾਬਾਂ ਦਾ ਕਿਤਾਬਾਂ ਦੇ ਅੰਬਾਰ ਵੀ ਇੱਥੇ ਨਜ਼ਰ ਆਏ ਮੈਨੂੰ ਮੇਰੇ ਨਾਲ ਮੌਜੂਦ ਨੇ ਮਸ਼ਹੂਰ ਜ਼ਮਾਨਾ ਜਿਹੜੀ ਨਜ਼ਮ ਹੈ ਉਠ ਸ਼ਾ ਹੁਸੈਨਾ ਦੇ ਮੁਸੰਨਿਫ ਜਨਾਬ ਬਾਬਾ ਗੁਲਾਮ हुसैन ਨਦੀਮ ਸਾਹਿਬ ਸਰ ਤੁਹਾਡਾ ਬਹੁਤ ਸ਼ੁਕਰ ਹੈ ਜੀ ਤੁਸੀਂ ਸਾਨੂੰ ਇੰਨੇ ਕੀਮਤੀ ਵਕਤੋਂ ਆਪਣਾ ਵਕਤ ਦਿੱਤਾ ਇਹ ਰੰਗ ਕਿਵੇਂ ਚੜਿਆ ਹੈ ਜਿਹੜਾ ਸੂਫੀ ਰੰਗ ਹੈ ਇਹ ਜ਼ਿੰਦਗੀ 'ਚ ਕਿਵੇਂ ਆਇਆ ਬੁੱਲਾ ਕਹਿੰਦਾ ਕਿ ਜਿਸ ਤਨ ਲੱਗਿਆ ਇਸ਼ਕ ਕਮਾਲ ਜਿਸ ਤਨ ਲੱਗਿਆ ਇਸ਼ਕ ਕਮਾਲ ਨਾਚੇ ਬੇਸੁਰਤੇ ਬੇਤਾਲ ਰੰਗ ਕੋਈ ਨਹੀਂ ਹੁੰਦਾ ਸਾਰੇ ਰੰਗ ਜਦੋਂ ਇਕੱਠੇ ਹੋ ਜਾਂਦੇ ਨੇ ਨਾ ਯਾਨੀ ਉਹ ਬਾਬਾ ਸ਼ਫਾਕ ਵੀ ਨੇ ਵੀ ਇਹੀ ਕਿਹਾ ਕਿ ਸਾਰੇ ਰੰਗਾਂ ਦਾ ਜਿਹੜਾ ਮجموعਾ ਹੁੰਦਾ ਨਾ ਉਹਦਾ ਨਾ ਤਜੱਲੀ ਹੁੰਦਾ ਤੇ ਰੰਗ ਸਾਰੇ ਆਪਣੀ ਜਗ੍ਹਾ ਹੁੰਦੇ ਨੇ ਰੱਤਾ ਆਪਣੀ ਜਗ੍ਹਾ ਹੈ ਸਾਵਾ ਆਪਣੀ ਜਗ੍ਹਾ ਹੈ ਪੀਲਾ ਆਪਣੀ ਜਗ੍ਹਾ ਹੈ ਲੇਕਿਨ ਉਹ ਜਿਹੜਾ ਰੰਗ ਚੜਨਾ ਜਿਹੜਾ ਸੂਫੀ ਕਹਿੰਦਾ ਉਹ ਕਿਸੇ ਦੇ ਵਿੱਚ ਫਨਾ ਹੋ ਜਾਣਾ ਹੁੰਦਾ ਕਿ ਉਹਦਾ ਰੰਗ ਚੜ ਗਿਆ ਹੂੰ ਬਲਕੇ ਮੈਨੂੰ ਆਪਣਾ ਦੀ ਇੱਕ ਸ਼ੇਰ ਯਾਦ ਆ ਗਿਆ ਕਿ ਨਾਮ ਤੇਰੇ ਤੇ ਸੱਦ ਪਵੇ ਮੈਨੂੰ ਵਾਹ ਨਾਮ ਤੇਰੇ ਤੇ ਸੱਦ ਪਵੇ ਮੈਨੂੰ ਮੈਨੂੰ ਐਸੀ ਪਛਾਣ ਦੇ ਬੀਬਾ ਵਾਹ ਨਾਮ ਤੇਰੇ ਤੇ ਸੱਦ ਪਵੇ ਮੈਨੂੰ ਮੈਨੂੰ ਐਸੀ ਪਛਾਣ ਦੇ ਬੀਬਾ ਕੀ ਬਾਤ ਹੈ ਤੇ ਉਹ ਜਦੋਂ ਕਿਸੇ ਦੇ ਨਾਲ ਬੰਦਾ ਪਿਆਰ ਕਰਦਾ ਹੈ ਨਾ ਆਸਤਾ ਆਸਤਾ ਹੀ ਦੇ ਤੇ ਨਾ ਸਾਰੀਆਂ ਗੱਲਾਂ ਖੁੱਲਦੀਆਂ ਰਹਿੰਦੀਆਂ ਨੇ ਉਮਰ ਦੇ ਨਾਲ ਤੇ ਖੈਰ ਕੀ ਖੁੱਲੀਆਂ ਹੁੰਦੀਆਂ ਨੇ ਇਹਦੀ ਤਲਬ ਨਾਲ ਖੁੱਲਦੀਆਂ ਨੇ ਮੈਨੂੰ ਇਹ ਯਾਨੀ ਕਿ ਮੈਂ ਗੱਲ ਤੇ ਅਪੜਿਆ ਕਿ ਇਹਦੀ ਤਲਬ ਦੇ ਨਾਲ ਇਹਦੇ ਤੇ ਨਾ ਗੱਲਾਂ ਖੁੱਲਦੀਆਂ ਨੇ ਜਿੰਨੀ ਕਿ ਇਹਦੀ ਤਲਬ ਹੁੰਦੀ ਏ ਓਨੀ ਕਿਦੇ ਤੇ ਚੱਲਦੀ ਰਹਿੰਦੀ ਏ ਇੱਕ ਆਇਆ ਇੱਥੇ ਚਲਾ ਗਿਆ ਇੱਕ ਸੋਚਣ ਲੱਗ ਪਿਆ ਕਿ ਯਾਰ ਮੈਂ ਆਇਆ ਕਿੱਥੋਂ ਵਾਹ ਇੱਕ ਸੋਚਣ ਲੱਗ ਪਿਆ ਕਿ ਮੈਨੂੰ ਭੇਜਿਆ ਕਿਨੇ ਭੇਜਿਆ ਕਿਨੇ ਇੱਕ ਜਿਹੜਾ ਭੇਜਣ ਵਾਲਾ ਵਾ ਮੇਰਾ ਉਹ ਕੌਣ ਆ ਉਹ ਫਿਰ ਉਹਦੇ ਨਾਲ ਨੂੰ ਟੁਰ ਪੈਂਦਾ ਇੱਕ ਆ ਉਹਨੇ ਇੱਥੇ ਆਪਣਾ ਸਮਾਂ ਬਿਤਾਇਆ ਕੰਮ ਕੀਤਾ ਪੜਿਆ ਸਾਰਾ ਨਿਜ਼ਾਮ ਕੀਤਾ ਫਿਰ ਉਹ ਵਿਚਾਰਾ ਜਿਵੇਂ ਇੰਨਾ ਲਿੱਲਾ ਹੋ ਗਿਆ ਤੇ ਫਿਰ ਉਹ ਬੁੱਲਾ ਇੱਥੇ ਕਹਿੰਦਾ ਕਿ ਹੁਣ ਇੰਨਾ ਲਿੱਲਾ ਆਖ ਕੇ ਕਿ ਕਰੋ ਦੁਆਈ ਹੁਣ ਇੰਨਾ ਲਿੱਲਾ ਆਖ ਕੇ ਤੇ ਕਰੋ ਦੁਆਈ ਅਬਦੁੱਲਾਹ ਹੋ ਗਿਆ ਅਬਦੁੱਲਾਹ ਨਹੀਂ ਵਾਹ ਹੁਣ ਉਹ ਅਬਦੁੱਲਾਹ ਨਹੀਂ ਕਿਉਂਕਿ ਬੁੱਲਾ ਹੋ ਗਿਆ ਤੇ ਕਹਿੰਦਾ ਹੁਣ ਕੀ ਕਰਨਾ ਵਾ ਜਿਵੇਂ ਇੱਕ ਪਗਾਨਾ ਹੈ ਤੇ ਪਗਾਨੇ ਦੇ ਵਿੱਚ ਹਵਾ ਭਰੀ ਹੋਈ ਹੈ ਤੂੰ ਜ਼ਾਹਰਾ ਜਿਹੜੀ ਉਹ ਪਗਾਨੇ ਦੀ ਜ਼ਿੰਦਗੀ ਹੈ ਉਹ ਤੇ ਹਵਾ ਹੈ ਹਵਾ ਹੈ ਤੇ ਹਵਾ ਵਿਚਾਰੀ ਕਿੰਨੀ ਕਿ ਤੰਗ ਹੋਏਗੀ ਉਹਦੇ ਵਿੱਚ ਕਿ ਯਾਰ ਕਿਤੇ ਇਹਦੇ ਚ ਸੂਈ ਵਜੇ ਕਿਤੇ ਇਹਨੂੰ ਰਗੜ ਲੱਗੇ ਕਿਤੇ ਪਾਠ ਜਿਵੇਂ ਮੈਂ ਆਜ਼ਾਦ ਹੋਵਾਂ ਤੇ ਨਾਲੇ ਕਹਿੰਦੇ ਦੁਨੀਆ ਮੋਮਨ ਦੀ ਕੈਦਖਾਨਾ ਵਾ ਉਹ ਜਿਵੇਂ ਉਹ ਹਵਾ ਪਗਾਨੇ ਦੇ ਵਿੱਚ ਕੈਦ ਹੈ ਨਾ ਤੇ ਬੜੀ ਤੰਗ ਤੇ ਉਹ ਵਸੀ ਹੋ ਜਾਂਦੀ ਹੈ ਜਦੋਂ ਉਹ ਜਦੋਂ ਵਸੀ ਹੋ ਜਾਂਦੀ ਹੈ ਤੇ ਨਿਆਣਾ ਰੋਣ ਲੱਗ ਪੈਂਦਾ ਕਿਉਂਕਿ ਉਹ ਪਗਾਨੇ ਨਾਲ ਖੇਡ ਰਿਆ ਹੁੰਦਾ ਪਗਾਨਾ ਹੁਣ ਉਹ ਹਰਾ ਹੋਵੇ ਸਾਵਾ ਹੋਵੇ ਦਿਖਾ ਹੋਵੇ ਨਾ ਹੋਵੇ ਉਹ ਜਿੱਦਾਂ ਦਾ ਵੀ ਹੋਵੇ ਉਹ ਤੇ ਉਹਦੀ ਉਤਲੀ ਰਬਟ ਉਹਨੂੰ ਸਾਰੇ ਜਿਹੜੇ ਉਹਦੇ ਨਕਸ਼ੋ ਨਗਾਰ ਨੇ ਜਿਹੜੇ ਉਹਦੇ ਚ ਰੰਗ ਭਰੇ ਹੋਏ ਨੇ ਉਹ ਸਾਰੇ ਹਵਾ ਦੇ ਨੇ ਉਹ ਹਵਾ ਫਿਰ ਜਦੋਂ ਆਜ਼ਾਦ ਹੁੰਦੀ ਹੈ ਤੂੰ ਫਿਰ ਬਹੁਤ ਵਸੀ ਹੋ ਜਾਂਦੀ ਹੈ ਉਹ ਜਿਵੇਂ ਜਿਵੇਂ ਵਸੀ ਹੁੰਦੀ ਹੈ ਐਵੇਂ ਸੂਫੀ ਅੰਦਰ ਉਹ ਖੁੱਲਾ ਹੁੰਦਾ ਵਾ ਉਹ ਜਦੋਂ ਕਿ ਉਹਦੇ ਕੋਲ ਬਹਿ ਜਾਂਦਾ ਵਾ ਉਹਨੂੰ ਸਵਾਦ ਆਣ ਲੱਗ ਪੈਂਦਾ ਉਹਦੀਆਂ ਗੱਲਾਂ ਦਾ ਫਿਰ ਉਹ ਡਰਾਉਂਦਾ ਨਹੀਂ ਉਹਨੂੰ ਪਿਆਰ ਕਰਦਾ ਵਾਹ ਕਿ ਉਹ ਬੜਾ ਪਿਆਰ ਕਰਦਾ ਤੇਰੇ ਨਾਲ ਬਿਲਕੁਲ ਤੇ ਜਦੋਂ ਡਰ ਨਿਕਲ ਜਾਂਦਾ ਫਿਰ ਪਿਆਰ ਹੀ ਪਿਆਰ ਹੁੰਦਾ ਪਿਆਰ ਹੀ ਪਿਆਰ ਹੁੰਦਾ ਜਿਹੀ ਹੀਰ ਡਰ ਜਾਂਦੀ ਤੇ ਅੱਜ ਕਿਸੇ ਕਹੀਰ ਨਹੀਂ ਕਹਿਣਾ ਸੀ ਵਾਹ ਡਰੀ ਨਹੀਂਦਾ ਬਿਲਕੁਲ ਕਟਿਆ ਤੇ ਬਥੇਰਾ ਹੋਏਗਾ ਉਹਦੇ ਘਰਦਿਆਂ ਨੇ ਇਧਰ ਉਧਰੋਂ ਸਾਰਿਆਂ ਨੇ ਲੇਕਿਨ ਹੀਰ ਡਰੀ ਨਹੀਂ ਨਹੀਂ ਡਰੀ ਤੇ ਅੱਜ ਤੱਕ ਸੂਫੀ ਵੀ ਕਹਿੰਦੇ ਨੇ हीर रांजे दे होगे मेले ਭੁੱਲੀ ਹੀਰ ਹੀਰ रांजे दे होगे मेले ਭੁੱਲੀ ਹੀਰ ਡੁੱਡੇਦੀ ਵੇਲੇ ਉਹ ਰਾਂਝਾ ਯਾਰ ਬਗਲ ਵਿੱਚ ਖੇਲੇ ਸੁਰਤ ਨਾ ਰਹੀਆਂ ਸੁਰਤ ਸੰਭਾਰ ਇਸ਼ਕ ਦੀ ਨਵੀਂ ਨਵੀਂ ਬਹਾਰ ਜਦੋਂ ਇਹ ਖੁੱਲ ਜਾਂਦੀ ਹੈ ਤਾਂ ਫਿਰ ਉਹ ਬਹਾਰ 'ਚੇ ਮਜ਼ੇ ਲੈਣ ਲੱਗ ਪੈਂਦਾ ਬਿਲਕੁਲ ਹੈ ਵੀ ਕਿਸ سلسلے 'ਚ ਬੈਤੋ ਔਰ ਕਿੰਨਾ ਦੇ ਬੈਤੋ ਮੇਰਾ سلسلہ ਕਾਦਰੀ ਕਲੰਦਰੀ ਹੈ ਤੇ ਮੈਂ ਆਪਣੇ ਬਾਬਾ ਜੀ ਦਾ ਹੀ ਬੈਤਾਂ ਮੇਰੇ ਬਾਬਾ ਜੀ ਹਜ਼ੂਰ ਬਾਬਾ ਜੀ ਸੂਫੀ ਰਹਿਮਤ ਅਲੀ ਸਰਕਾਰ ਉਹਨਾਂ ਕੋਲ ਬੜੇ ਸਾਰੇ ਜੀ ਆਣ ਕੇ ਬੈਠਦੇ ਸਨ ਜਿਵੇਂ ਲੋਕੀ ਨਾ ਮੈਨੂੰ ਪੁੱਛਦੇ ਨੇ ਕਿ ਤੁਸੀਂ ਲੱਗਦੇ ਤੇ ਮੁੰਡੇ ਹੋ ਤੇ ਤੁਹਾਨੂੰ ਬਾਬਾ ਆਖਣ ਲੱਗ ਪਏ ਆ ਜਾਂ ਤੁਸੀਂ ਬਾਬਾ ਲਿਖਣ ਲੱਗ ਪਏ ਆ ਉਹ ਸਿਰਫ ਉਹ ਵੀ ਉਹ ਬਾਬਾ ਜੀ ਦਾ ਹੀ ਕਰਕੇ ਲੇਕਿਨ ਮੈਂ ਤੇ ਆਪਣੀ ਮਟਰ ਗਸ਼ਤੇ ਦੇ ਵਿੱਚ ਰਹਿਣਾ ਸਾਬ ਤੋਂ ਤੇ ਬਾਬਾ ਜੀ ਕੋਲ ਬੜੇ ਸਾਰੇ ਲੋਕ ਆਂਦੇ ਸਨ ਤੇ ਉਹ ਆਹਸਤਾ 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 ਚਾਪਾਨੀ ਉਹਨਾਂ ਨੂੰ ਲਿਆ ਕੇ ਦਿੰਦਾ ਰਹਿਣਾ ਫਿਰ ਇੱਕ ਦਿਨ ਅੰਦਰੋਂ ਹੀ ਉਠੀਏ ਕਿ ਯਾਰ ਤੂੰ ਵੀ ਇਹ ਸੁਣ ਕੇ ਤੇ ਦੇਖ ਗੱਲ ਐਡੇ ਜਿਹੇ ਲੋਕੀ ਸੁਣਨ ਆਂਦੇ ਨੇ ਤੇ ਤੂੰ ਵੀ ਸੁਣ ਉਹ ਫਿਰ ਬਾਬਾ ਜੀ ਨੇ ਤੇ ਉਹ ਫਿਰ ਜਿਹੜੇ ਕੋਲ ਬੈਠਦੇ ਸੀ ਉਹਨਾਂ ਨੇ ਕਹਿਣ ਲੱਗ ਪਣਾ ਛੋਟੇ ਬਾਬਾ ਜੀ ਛੋਟੇ ਬਾਬਾ ਜੀ ਉਹ ਫਿਰ ਬਾਬਾ ਜੀ ਦੇ ਹੱਕ ਹੋਣ ਤੋਂ ਬਾਅਦ ਉਹ ਫਿਰ ਜਦੋਂ ਉਹਨਾਂ ਦੇ ਗੱਲ ਖੁੱਲੀ ਮੇਰੇ ਤੇ ਇਨਕਲਾਬੀ ਦਰवेश ਸਾਨੋ ਹੂੰ ਉਹਨੇ ਹੀ ਇਸ ਗੱਲ ਨੂੰ ਇਨਸਾਨੀਅਤ ਦੇ ਨਾਤੇ ਦੇ ਨਾਲ ਬਹੁਤ ਸਾਰੇ ਯਾਨੀ ਜਿਹੜੀਆਂ ਤਰੱਕੀ ਪਸੰਦ ਤਨਜ਼ੀਮਾਂ ਹੁੰਦੀਆਂ ਨੇ ਮਸਦੂਕ ਸਾਨ ਪਾਰਟੀ ਹੂੰ ਉਹਦੇ ਨਾਲ ਵੀ ਆਪ ਰਹੇ ਕਿਉਂਕਿ ਆਪ ਦਾ ਜਿਹੜਾ ਗਿਆਨ ਸੀ ਨਾ ਹੂੰ ਉਹ ਬੜਾ ਯਾਨੀ ਜਿਸ ਤਰ੍ਹਾਂ ਵੱਡੇ ਲੋਕਾਂ ਵਾਲਾ ਗਿਆਨ ਹੁੰਦਾ ਨਾ ਉਹ ਸਮਝ ਉਹ ਦੂਸਰੇ ਦੀ ਸਮਝੋਂ ਬਾਹਰ ਸੀ ਉਹ ਆਪਨੇ ਹੱਸ ਪੈਣਾ ਕਹਿਣਾ ਯਾਰ ਮੈਂ ਪੀਰ ਆ ਆਪ ਬਗਦਾਦ ਸ਼ਰੀਫ ਵੈਸ ਸੀ ਅੱਛਾ ਇਮਾਮ الاولیاء ਹਜ਼ੂਰ ਅਲੀ ਹیدر ਸਰਕਾਰ ਉਤੇ ਦਰਬਾਰ ਗੌਸ਼ੀਆ ਠੀਕ ਹੈ ਜਿਨ੍ਹਾਂ ਦੇ ਬੇਟੇ ਹਜ਼ੂਰ ਸૈયਦ ਜ਼ੈਨਉਦੀਨ ਸਰਕਾਰ ਫਿਰ ਉਹ ਕੋਟੇ ਵਾਲੇ ਅਲੀ ਪੀਰ ਉਹ ਸਾਰੇ ਆਪ ਉਸ ਸਿਲਸਲੇ ਜਿਸਨ ਉਹ ਮੈਂ ਫਿਰ ਉਹਨਾਂ ਨਾਲ ਪਿਆਰ ਕਰਕੇ ਤੇ ਆਪ ਦਾ ਹੀ ਫਿਰ ਪੈਰੋਕਾਰ ਹੋ ਗਿਆ ਕਿ ਯਾਰ ਜਦੋਂ ਬਲਕਿ ਸੁਲਤਾਨ ਸਾਹਿਬ ਨੇ ਵੀ ਇਹ ਕਿਹਾ ਸੀ ਕਿ ਮੀਆਂ ਬਾਹੂ ਕੀ ਜਾਣਾ ਮੱਕੇ ਮੀਆਂ ਬਾਹੂ ਕੀ ਜਾਣਾ ਬੱਕੇ ਜਦੋਂ ਅੱਜ ਹੋਵੇ ਵਿੱਚ ਘਰ ਦੇ ਹੋ ਵਾਹ ਮੈਂ ਕਹਿਆ ਯਾਰ ਇਹ ਗੱਲ ਮੰਨ ਲਓ ਜਦੋਂ ਉਹਨਾਂ ਨੇ ਜੋ ਕਿਹਾ ਹੋਇਆ ਸ਼ਾਇਰੀ ਕਿਵੇਂ ਕਦੋਂ ਤੂੰ ਲਿਖਣਾ ਸ਼ੁਰੂ ਕੀਤੀ ਔਰ ਪਹਿਲੀ ਵਾਰ ਕਦੋਂ ਪਤਾ ਲੱਗਿਆ ਕਿ ਮੈਂ ਲਿਖ ਸਕਣਾ ਔਰ ਕਿਸ ਨੂੰ ਚੈੱਕ ਕਰਵਾਈ ਪਹਿਲੀ ਨਜ਼ਮ ਪਹਿਲੀ ਗਜ਼ਲ ਜਾਂ ਬਸ ਲਿਖਤਾ ਮਾ ਗਰਜ਼ ਕੀਤੀ ਨਾ ਕਿ ਬਾਬਾ ਜੀ ਕੋ ਨਾ ਸਾਧੂ ਸੰਤ ਫਕੀਰ ਦਰਵੇਸ਼ ਇਨਕਲਾਬੀ ਕਾਮਰੇਡ ਵੀ ਉਹਨਾਂ ਕੇ ਬੈਠਦੇ ਰਹਿੰਦੇ ਹੁੰਦੇ ਸਨ ਯਾਨੀ ਪੱਕੀਆਂ ਗੱਲਾਂ ਸੁਣਨ ਵਾਸਤੇ ਉਹ ਬਹੁਤ ਸਾਰੇ ਬੈਠਣਾ ਉਹਨਾਂ ਦੇ ਵਿੱਚ ਨਾ ਇੱਕ ਬੜੇ ਫਲਸਫੇ ਦੀਆਂ ਗੱਲਾਂ ਹੋਣੀਆਂ ਕਿਸੇ ਨੇ ਭਗਤ ਕਬੀਰ ਦਾ ਸ਼ੇਰ ਸੁਣਾ ਦੇਣਾ ਕਿਸੇ ਨੇ ਬੁੱਲੇ ਸ਼ਾਹ ਜੀ ਸੁਣਾ ਦੇਣਾ ਕਿਸੇ ਨੇ ਵਾਰਿਸ ਸ਼ਾਹ ਜੀ ਸੁਣਾ ਦੇਣਾ ਵਾਹ ਕਿਸੇ ਨੇ ਮੀਆਂ ਮੁਹੰਮਦ ਸਾਹਿਬ ਦਾ ਸ਼ੇਰ ਸੁਣਾ ਦੇਣਾ ਕਿਸੇ ਨੇ ਨਾਨਕ ਦੇਵ ਜੀ ਦਾ ਸੁਣਾ ਦੇਣਾ ਉਹ ਇਦਾਂ ਕਰਦੇ ਕਈਆਂ ਨੇ ਫਿਰ ਇਨਕਲਾਬੀ ਸ਼ੇਰ ਫੈਸਲ ਸਾਹਿਬ ਦੇ ਸੁਣਾਦੇ ਨੇ ਵਾਹ ਉਹ ਜਦੋਂ ਉਹ ਜ਼ਾਹਰ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਉਹ ਲੇਕਿਨ ਕੋਈ ਨਿਕਲਦਾ ਸੀਗਾ ਉਹ ਜਦੋਂ ਉਹਨਾਂ ਦੇ ਨਾਲ ਇਹ ਸੁਣਦਾ ਰਹਿਣਾ ਮੈਂ ਸੁਣਦੇ 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 ਨਾ ਮੈਨੂੰ ਸੁਣਨ ਦਾ ਸ਼ੌਕ ਹੋ ਗਿਆ ਹੂੰ ਇੰਨੀ ਕੁ ਜ਼ਿਆਦਾ ਸ਼ਾਇਰੀ ਸੁਣੀ ਨਾ ਫਿਰ ਉਹਨਾਂ ਕੋਲੋਂ ਫਿਰ ਉਹ ਜੀ ਜਦੋਂ ਅੰਦਰ ਇੱਕ ਗੱਲ ਜਿਉ ਬਣ ਗਈ ਉਹ ਲਫ਼ਜ਼ਾਂ ਦਾ ਇੱਕ ਜ਼ਖੀਰਾ ਹੋ ਗਿਆ ਫਿਰ ਇੰਜ ਲੱਗਣ ਲੱਗ ਪਿਆ ਕਿ ਜਿਵੇਂ ਨਾ ਮੈਂ ਲਿਖ ਸਕਨਾ ਮੈਂ ਵੀ ਲਿਖ ਸਕਦਾ ਮੈਂ ਇੱਕ ਤੋਂ ਦੋ ਨਾ ਮੈਂ ਹੀ ਲਿਖ ਸਕਦਾ ਇਹ ਤੇ ਗਰੂਰ ਹੋ ਗਿਆ ਨਾ ਮੈਂ ਵੀ ਲਿਖ ਸਕਦਾ ਮੈਂ ਵੀ ਲਿਖ ਸਕਦਾ ਅੱਜ ਕਿ ਮੈਂ ਵੀ ਲਿਖ ਸਕਦਾ ਉਹ ਫਿਰ ਮੈਂ ਨਾ ਲਿਖਣਾ ਸ਼ੁਰੂ ਕੀਤਾ ਉਹ ਲਿਖਣਾ ਜਦੋਂ ਸ਼ੁਰੂ ਕੀਤਾ ਤੇ ਉਹ ਉਦੋਂ ਉਸਤਾਦ ਤੇ ਕੋਈ ਨਹੀਂ ਸੀ। ਮੁxtਲਫ ਤਨਜ਼ੀਮਾਂ ਇੱਥੇ ਹੁੰਦੀਆਂ ਸੀ ਉਹਨਾਂ ਨਾਲ ਚਲੇ ਜਾਓ ਉਹਦੇ ਕੋਲ ਬਹਿ ਜਾਓ ਉਹਦੇ ਕੋਲ ਬਹਿ ਜਾਓ ਉੱਥੇ ਬੈਠਾ ਆ ਜਾਣਾ। ਇੱਕ ਦਿਨ ਫਿਰ ਇੱਕ ਮੇਰੇ ਬੜੇ ਪਿਆਰੇ ਜੀ ਸਨ। ਉਹਨਾਂ ਦਾ ਨਾਂ ਹਮ ਨਸਾਰ ਚਿਸ਼ਤੀ। ਉਹ ਮੈਨੂੰ ਕਹਿੰਦੇ ਮੈਂ ਉਹਨਾਂ ਨੂੰ ਉਸਤਾਦ ਕਹਿਣਾ ਹੁੰਦਾ ਸੀ। ਠੀਕ ਹੈ। ਜਦੋਂ ਮੈਂ ਪਹਿਲਾ ਸ਼ੇਰ ਉਹਨਾਂ ਨੂੰ ਸੁਣਾਇਆ। ਤੇ ਉਹ ਨਾ ਮੈਨੂੰ ਸ਼ਾਗਿਰਦ ਸਮਝਦੇ ਸੀ। ਉਹਨਾਂ ਕੋਲ ਬੈਠਣਾ ਬੜੇ ਮੁਸ਼ਫਿਕ ਲੋਕ ਸਨ ਬੜੇ ਚੰਗੇ ਵਧੀਆ ਬੰਦੇ ਇੱਕ ਦਿਨ ਮੈਂ ਉਹਨਾਂ ਨੂੰ ਇੱਕ ਸ਼ੇਰ ਸੁਣਾਇਆ ਪਹਿਲਾ ਜਿਹੜਾ ਮੈਂ ਲਿਖੀ ਨਾ ਗਜ਼ਲ ਮੈਂ ਉਹਨਾਂ ਨੂੰ ਸੁਣਾਈ ਉਹ ਪਹਿਲੇ ਵੀ ਉਹ ਜਿਹੜਾ ਜੋ ਕੁਝ ਹੁੰਦਾ ਸੀ ਲੇਕਿਨ ਸ਼ੇਰ ਹੋਈ ਸੀ ਜਿਸ ਵਜ੍ਹਾ ਤੋਂ ਉਹਨਾਂ ਨੂੰ ਕਹਿਣਾ ਪਿਆ ਮੈਨੂੰ ਕਿਉਂਕਿ ਉਹ ਤੇ ਮੇਰੇ ਉਸਤਾਦ ਸਨ ਤੇ ਮੈਂ ਉਹਨਾਂ ਨੂੰ ਕਿਹਾ ਕਿ ਉਸਤਾਦ ਜੀ ਇੱਕ ਸ਼ੇਰ ਲਿਖਿਆ ਮੈਨੂੰ ਕਹਿੰਦੇ ਸੁਣਾ ਐਵੇਂ ਉਹਨੂੰ ਦੁੱਖ ਸੁਣਾਉਂਦਾ ਰਹਿਣਾ ਸਾਂ ਵਾਹ ਪਹਿਲਾ ਸ਼ੇਰ ਮੇਰਾ ਹੈ ਐਵੇਂ ਉਹਨੂੰ ਦੁੱਖ ਸੁਣਾਉਂਦਾ ਰਹਿਣਾ ਸਾਂ ਪਾਣੀ ਤੇ ਤਸਵੀਰ ਬਣਾਉਂਦਾ ਰਹਿਣਾ ਸਾਂ ਵਾਹ ਤੇ ਭਾਈ ਹਮਦ ਮੈਨੂੰ ਕਹਿੰਦੇ ਯਾਰ ਇਹ ਤੇਰਾ ਸ਼ੇਰ ਆ ਮੈਂ ਕਿਹਾ ਹਾਂ ਜੀ ਭਾਜੀ ਮੈਂ ਗਜ਼ਲ ਆ ਪੂਰੀ ਹੂੰ ਕਹਿੰਦੇ ਯਾਰ ਸੱਚੀ ਗੱਲ ਇਹ ਹੈ ਕਿ ਅੱਜ ਤੋਂ ਨਾ ਤੂੰ ਮੇਰਾ ਸ਼ਾਗਿਰਦ ਤੇ ਨਾ ਮੈਂ ਤੇਰਾ ਅਸਤਾਦ ਮੈਂ ਨਹੀਂ ਕਹਿ ਸਕਦਾ ਹੈ ਆ ਮੈਂ ਤੈਨੂੰ ਇੱਕ ਬੰਦੇ ਕੋ ਲੈ ਕੇ ਜਾਵਾਂ ਬਿਲਕੁਲ ਠੀਕ ਉਹਨਾਂ ਦੇ ਫਿਰ ਦੋਸਤਾਂ ਨਾਲ ਆਲਾਮਾ ਯਕੂਬ ਯਾਸੀਨ ਸਹਾਰਨ ਸਾਹਿਬ ਠੀਕ ਹੈ ਉਹਨਾਂ ਨੂੰ ਜਾ ਕੇ ਨਾ ਮੇਰਾ ਹੱਥ ਉਹਨ ਮੈਂ ਕਿਹਾ ਨਹੀਂ ਭਾਜੀ ਇਦਾਂ ਨਹੀਂ ਜਾਣਾ ਆਪਾਂ ਪੱਗ ਤੇ ਫਿਰ ਮਠਾਈ ਲੈ ਕੇ ਜਾਣਾ ਵਾ ਫਿਰ ਮੈਨੂੰ ਮੰਨਣਾ ਤੇ ਆਉਂਦਾ ਮੈਂ ਸਾਧੂ ਕੰ ਦਾ ਬਾਲ ਹਾਂ ਕਹਿੰਦੇ ਚੱਲ ਜਾ ਰਹੇ ਤੇ ਵਧੀਆ ਗੱਲ ਹੈ ਉਹ ਫਿਰ ਉੱਥੋਂ ਨਾ ਅਸੀਂ ਇੱਕ ਪੱਗ ਲਈ ਇੰਡੀਅਨ ਕੋ ਮਠਾਈ ਲਈ ਤੇ ਅਸੀਂ ਚ ਜਦੋਂ ਅਸੀਂ ਚਲੇ ਗਏ ਫਿਰ ਜਾ ਕੇ ਉਹਨਾਂ ਨੇ علامه ਸਾਹਿਬ ਨੂੰ ਦੱਸਿਆ ਫਿਰ علامه ਸਾਹਿਬ ਦੀ ਮੈਂ ਸ਼ਾਗਿਰਦੀ ਕੀਤੀ علامه ਯਕੂਬ ਯਾਸੀਨ ਸਾਹਿਬ ਦੀ ਫਿਰ ਉਹਨਾਂ ਨੇ ਬਹੁਤ ਦੁਆਵਾਂ ਦਿੱਤੀਆਂ ਉਹਨਾਂ ਦਾ ਬੜਾ ਫੈਜ਼ ਰਾਵੀ ਦੇ ਲੈਜੇ ਸਨ ਤੇ ਲੈਜਾ ਸੀ ਉਹਨਾਂ ਦਾ ਰਾਵੀ ਦਾ ਲੇਕਿਨ ਪੰਜਾਬੀ ਦੇ ਬੜੇ ਮਹਾਨ ਬੰਦੇ ਸਨ ਬੜੇ ਮਹਾਨ ਬੰਦੇ ਸਨ ਸਹੀ ਹੈ ਉਹ ਮੇਰੇ ਉਸਤਾਦ ਨੇ ਉਹਨਾਂ ਦੇ ਕੋਲ ਹੀ ਹੋਇਆ ਤੇ ਪਹਿਲਾ ਸ਼ੇਰ ਉਹ ਸੀ ਜਿਹੜਾ ਮੈਂ ਤੁਹਾਨੂੰ ਆਪਣੇ ਪਹਿਲੇ ਉਸਤਾਦ ਨੂੰ ਸੁਣਾਇਆ ਸੀ ਫਿਰ ਦੂਸਰੇ ਜਿਨ੍ਹਾਂ ਕੋ ਆਪ ਉਹਨਾਂ ਨੇ ਮੈਨੂੰ ਬਣਾਇਆ ਉਸ ਤੋਂ ਬਾਅਦ ਫਿਰ ਚੱਲ ਸੋਚਾ ਤੁਹਾਡੀ ਸ਼ਾਇਰੀ ਵਿੱਚ ਕਲਾਸਿਕਲ ਸ਼ਾਇਰੀ ਦਾ ਰੰਗ ਨਜ਼ਰ ਆਉਂਦਾ ਹੈ ਇਹ ਰੰਗ ਕਿਵੇਂ ਆਇਆ ਔਰ ਦੂਸਰਾ ਤੁਹਾਡੇ ਸ਼ਾਇਰੀ ਦੇ ਵਿੱਚ ਐਵੇਂ ਲੱਗਦਾ ਹੈ ਕਿ ਤੁਸੀਂ ਹਰ ਸੂਫੀ ਸ਼ਾਇਰ ਨੂੰ ਪੜਿਆ ਹੈ ਚਾਹੇ ਬੁੱਲੇ ਸ਼ਾਹ ਚਾਹੇ ਚਾਹੇ ਸ਼ਾਹ ਹੁਸੈਨ ਹੈ ਚਾਹੇ ਜੋ ਵੀ ਹੈ ਤੁਸੀਂ ਹਰ ਸੂਫੀ ਨੂੰ ਬੜੀ ਤਫਸੀਲਾਂ ਪੜਿਆ ਹੈ ਔਰ ਫਿਰ ਉਹੀ ਰੰਗ ਜਿਹੜਾ ਹੈ ਉਹ ਤੁਹਾਡੀ ਸ਼ਾਇਰੀ 'ਚ ਨਜ਼ਰ ਆਉਂਦਾ ਹੈ ਨਹੀਂ ਰੰਗ ਤੇ ਅੰਦਰ ਹੀ ਹੁੰਦਾ ਵਾ ਦੂਸਰੇ ਨੂੰ ਪੜ ਕੇ ਨਾ ਆਪਣੀ ਸਨਦ ਲੈਣੀ ਚਾਹੁੰਦਾ ਹੁੰਦਾ ਕਿ ਯਾਰ ਜੋ ਮੈਂ ਕੁਝ ਕਰਨ ਦੇ ਆ ਵਾ ਉਹ ਫਿਰ ਜਦੋਂ ਦੂਸਰਾ ਇਹ ਦੇਖਦਾ ਨਾ ਬੰਦਾ ਜਿਵੇਂ ਉਹ ਸਿਆਣੇ ਕਹਿੰਦੇ ਨੇ ਕਿ 100 ਸਿਆਣਾ ਤੇ ਇੱਕ ਮਤ ਬਿਲਕੁਲ ਸਹੀ 100 ਸਿਆਣਾ ਇੱਕ ਮਤ ਕਿ ਯਾਨੀ ਸਿਆਣਾ ਹੋਵੇ ਬੰਦਾ ਸਿਆਣਾ ਹੋਵੇ ਉਹਨਾਂ ਦੀ ਜਿਹੜੀ ਗੱਲ ਦਾ ਨਿਚੋੜ ਹੋਏਗਾ ਨਾ 100 ਬੰਦੇ ਦੀ ਦਾ ਇੱਕ ਹੋਏਗਾ ਤੇ 100 ਬੇਵਕੂਫ ਹੋਵੇ ਤੇ ਉਹਦੀ 100 ਹੀ ਮਤ ਹੁੰਦੀ ਆ ਅਿਆਣੇ ਦੀ ਅਿਆਣੀ ਮਤ ਹੁੰਦੀ ਐ ਸਿਆਣੇ ਦੀ ਸਿਆਣੀ ਹੁੰਦੀ ਐ ਜੇ ਅਸੀਂ ਹੁਣ ਉਹਨਾਂ ਨੂੰ ਦੇਖਦੇ ਆਂ ਹੂੰ ਜੇਸੀ ਸੁਲਤਾਨ ਸਾਹਿਬ ਨੂੰ ਵੇਖਨੇ ਆ ਉਹ ਕਹਿੰਦੇ ਵਿੱਚੇ ਹੀ ਬੇੜੇ ਵਿੱਚੇ ਹੀ ਜਿਹੜੇ ਵਿੱਚੇ ਵੰਜ ਮਹਾਣੇ ਹੋ ਵਾਹ ਯਾਨੀ ਕਿ ਇਹਦੀ ਆਪਣੀ ਵਜੂਦ ਦੀ ਗੱਲ ਹੈ ਨਾ ਵਿੱਚੇ ਹੀ ਬੇੜੇ ਵਿੱਚੇ ਹੀ ਜਿਹੜੇ ਵਿੱਚੇ ਵੰਜ ਮਹਾਣੇ ਹੋ 14 ਤਬਕ ਦਿਲੇ ਦੇ ਅੰਦਰ ਤੰਬੂ ਵੰਗਰਤਾਣੇ ਹੋ ਵਾਹ ਜਿਹੜੀ ਆਪਣੀ ਗੱਲ ਕਰ ਰਹੀ ਹੈ ਤੇ ਜੇ ਬੁੱਲੇ ਸ਼ਾਹ ਤੱਕ ਅਸੀਂ ਆਨੇ ਆ ਜਦੋਂ ਉਹ ਉੱਥੇ ਜਾ ਕੇ ਗਏ ਗੱਲ ਸਾਰੀ ਹੋਰ ਆ ਲੇਕਿਨ ਉਹ ਪੈਗਾਮ ਉਹ ਇੱਕੋ ਹੀ ਆ ਹੂੰ ਸੋ ਮਤ ਜਿਹੜੀ ਹੋਈ ਕੋਈ ਉਹ ਕਹਿੰਦੇ ਅਵਲ ਆਖਰ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ ਉਹ ਕਹਿੰਦੇ ਵਿੱਚੇ ਬੇੜੇ ਵਿੱਚੇ ਜਿਹੜੇ ਵਿੱਚੇ ਵੰਜ ਮਹਾਣੇ ਹੋ ਇਹ ਕੀ ਕਹਿ ਰਹੇ ਨੇ ਅਵਲ ਆਖਰ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ ਮੇਥੋਂ ਵੱਧ ਨਾ ਕੋਈ ਸਿਆਣਾ ਬੁਲਾਓ ਖੜਾ ਹੈ ਕੌਣ ਉਹ ਬੁਲਾ ਕੀ ਜਾਣਾ ਮੈਂ ਕੌਣ ਤੇ ਜੇ ਅਸੀਂ ਇੱਧਰ ਆਨੇ ਆ ਮੀਰਾ ਵੀ ਭੀਖਾ ਲਾਨੇ ਆ ਤੇ ਉਹ ਕਹਿੰਦੇ ਭੀਖਾ ਭੁੱਖਾ ਕੋਈ ਨਹੀਂ ਸਭ ਕੀ ਗੱਠੜੀ ਲਾਲ ਵਾਹ ਉਹ ਵੀ ਆਪਣੇ ਤੇ ਗੱਲ ਆਂਦੇ ਨੇ ਜੇ ਸ਼ਾਹ ਜੀ ਸਾਹ ਸ਼ਾਹ ਜਹਾਂਜੀ ਦਾ ਕਾਨੇ ਆ ਤੇ ਉਹ ਸ਼ਾਹ ਹੁਸੈਨ ਆ ਯਹੋ ਜਿੰਨੇ ਵੀ ਆ ਯਾਨੀ ਜੇ ਇਕਬਾਲ ਤੱਕ ਵੀ ਅਸੀਂ ਆ ਜਨੇ ਗੱਲ ਪਾ ਲਈ ਹੋਵੇ ਜ਼ਬਾਨ ਭਾਵੇਂ ਕੋਈ ਵੀ ਹੋਵੇ ਗੱਲ ਪਾ ਲਈ ਹੋਵੇ ਤੇ ਉਹ ਕੀ ਕਹਿ ਰਿਹਾ ਢੂੰਡਦਾ ਫਿਰਤਾ ਹੂੰ ਇਕਬਾਲ ਆਪਣੇ ਆਪ ਕੋ ਆਪ ਹੀ گویا ਮੁਸਾਫਰ ਆਪ ਹੀ ਮੰਜ਼ਲ ਹੂੰ ਮੈਂ ਤੋ ਗਾਲਬ ਕੀ ਕਹਿੰਦਾ ਉਹਨੇ ਵੀ ਜਦੋਂ ਗੱਲ ਪਾ ਲਈ ਸੀ ਨਾ ਥਾ ਕੁਛ ਤੋ ਖੁਦਾ ਥਾ ਨਾ ਥਾ ਕੁਛ ਤੋ ਹੱਥ ਪੈਰ ਇਹ ਉਹਨ ਸੀ ਰੂਹ ਅਮਰਦਾ ਤੇ ਹੈ ਸੀ ਨਾ ਨਾ ਥਾ ਕੁਛ ਤੋ ਖੁਦਾ ਥਾ ਕੁਛ ਨਾ ਹੋਤਾ ਤੋ ਖੁਦਾ ਹੋਤਾ ਨਾ ਥਾ ਕੁਛ ਤੋ ਖੁਦਾ ਥਾ ਕੁਛ ਨਾ ਹੋਤਾ ਤੋ ਖੁਦਾ ਹੋਤਾ ਡਬੋਇਆ ਮੁਝ ਕੋ ਹੋਨੇ ਨੇ ਮੈਂ ਨਾ ਹੋਤਾ ਤਾਂ ਕੀ ਹੋਤਾ ਯਹੀ ਉਹ ਗੱਲ ਤੇ ਇਹੀ ਹੈ ਨਾ ਕਿ ਕਿਸੇ ਵੀ ਰੰਗ ਚ ਹੋਵੇ ਸੋਸਿਆ ਨਾ ਵਾ ਨਾ ਮਤ ਉਹਦੀ ਇੱਕੋ ਹੀ ਆ ਪਹੁੰਚਣਾ ਉਹਨੇ ਆਪਣੇ ਤੱਕ ਆ ਜਦੋਂ ਆਪਣੀ ਇਹਨੂੰ ਪਹਿਚਾਨ ਹੋ ਜੇਗੀ ਨਾ ਤੇ ਫਿਰ ਸਾਈਂ ਦੀ ਵੀ ਪਹਿਚਾਨ ਹੋ ਜੇਗੀ ਤੇ ਫਿਰ ਇਹਨੂੰ ਆਪ ਹੀ ਪਤਾ ਲੱਗ ਜਾਣਾ ਵਾ ਕਿ ਯਾਰ ਮੈਂ ਕੌਣ ਆ ਤੇ ਸਾਈਂ ਕੌਣ ਆ ਉਹ ਫਿਰ ਇਥੋਂ ਤੱਕ ਪਹੁੰਚ ਗਏ ਹੁੰਦੇ ਨੇ ਇਸ ਕਰਕੇ ਫਿਰ ਉਹਨਾਂ ਨੂੰ ਪੜਨਾ ਵੀ ਸ਼ੁਰੂ ਕੀਤਾ ਬਲਕਿ ਇਹਦੇ ਤੇ ਬਹੁਤ ਸਾਰੇ ਭਗਤ ਕਬੀਰ ਜੀ ਪਏ ਹੋਏ ਨੇ ਹੋਰ ਬੁੱਲੇ ਸ਼ਾਹ ਪਏ ਨੇ ਸ਼ਾਹ ਹੁਸੈਨ ਪਏ ਨੇ ਮੀਆਂ ਮੁਹੰਮਦ ਸਾਹਿਬ ਨੇ ਉਹ ਫਿਰ ਇਹਨਾਂ ਨੂੰ ਨਾ ਆਪਣੇ ਆਪ ਨੂੰ ਨਾ ਉਹਨਾਂ ਦੇ ਅੱਗੇ ਪੇਸ਼ ਕਰੀਦਾ ਮੰਨਣੂ ਪੜ ਕੇ ਕਿ ਕਿਆ ਮੈਂ ਠੀਕ ਟੁਰਿਆ ਜਾ ਰਿਹਾ ਆ ਵਾ ਫਿਰ ਉਹ ਦੱਸਦੇ ਰਹਿੰਦੇ ਨੇ ਕਿ ਹਾਂ ਤੂੰ ਠੀਕ ਟੁਰਿਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਦਰवेश ਐਸੇ ਹੋਏ ਨੇ ਜਿਨ੍ਹਾਂ ਦੀ ਨਾ ਤਾਰੀਖ ਪਦੈਸ਼ ਤੇ ਤੇ ਤਾਰੀਖ ਵਫਾਤ ਤੇ ਇੰਤਕਾਲ ਤੇ ਬੜੇ ਰੋਲੇ ਪਏ ਸੀ ਆ ਨਹੀਂ ਹੈਗੀ ਆ ਨਹੀਂ ਹੈਗੀ ਫਿਰ ਕੋਈ ਐਸਾ ਉਸ ਵਕਤ ਦਾ ਜਵਾਨ ਉੱਠਦਾ ਉਹਨਾਂ ਦਾ ਇਹ ਮਿਸਰਾ ਕੱਢ ਕੇ ਇੰਜ ਕਰਕੇ ਇਹ ਹੁੰਦਾ ਕਹਿੰਦਾ ਮਿਸਰੇ ਦੇ ਵਿੱਚ ਲਿਖੀ ਤੇ ਹੈਗੀ ਉਹਨਾਂ ਨੇ ਇਹ ਇਸਲੀ ਹੈ ਸੰਨ ਹੈ ਇਹਦੇ ਹਰੂਫੇ ਅਬਜਦ ਕਢੋ ਹਾਂ ਉਹ ਇਸ ਗਿਆਨ ਤੇ ਪਹੁੰਚ ਗਿਆ ਹੁੰਦਾ ਕਿ ਇੱਥੇ ਵੀ ਅਗਰ ਰੌਲਾ ਕੋਈ ਬਣਿਆ ਨਾ ਤਾਂ ਜਿਹੜਾ ਫਿਰ ਮੇਰੇ ਵਰਗਾ ਹੋਏਗਾ ਨਾ ਉਹਨੂੰ ਮੈਂ ਕੱਢ ਕੇ ਦੇ ਦਾਂਗਾ ਤੇ ਇਹ ਬਿਲਕੁਲ ਸਹੀ ਹੈ ਜਿੰਨੀ ਦੇਰ ਇਹ ਉਹ ਜਦੋਂ ਇੱਕ ਮਕਾਮ ਤੇ ਨਾ ਨਾ ਹੋਣ ਉਹਨੇ ਦੇਰ ਨਹੀਂ ਪਤਾ ਚੱਲਦਾ ਟਰੈਕ ਚੇਂਜ ਕਰਨ ਲੱਗਿਆਂ ਰੌਲਾ ਤੇ ਬਣਦਾ ਹੈ ਰੇਲ ਜਾ ਰਹੀ ਹੁੰਦੀ ਬੜੀ ਪੁਰਸਕੂਨ ਜਦੋਂ ਟਰੈਕ ਚੇਂਜ ਹੁੰਦਾ ਖੜ 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 ਉਸ ਤੋਂ ਬਾਅਦ ਫੇਰ ਸਕੂਨ ਹੁੰਦਾ ਉਹ ਫਿਰ ਅਸਲੀ ਸਕੂਨ ਹੁੰਦਾ ਮੰਜ਼ਿਲ ਤੱਕ ਸੁੱਤਾ ਹੁੰਦਾ ਬੰਦਾ ਬਿਲਕੁਲ ਸਹੀ ਤੁਹਾਡੀ ਨਜ਼ਮ ਬੜੀ ਮਸ਼ਹੂਰ ਹੋਈ ਜੀ ਉੱਠ ਸ਼ਾ ਹੁਸੈਨਾ ਵੇਖ ਲੈ ਔਰ ਲੱਖੋ ਲੋਕ ਨੂੰ ਦੇਖ ਰਹੇ ਨੇ ਬਲਕਿ ਕਰੋੜਾਂ ਲੋਕ ਦੇਖ ਰਹੇ ਨੇ ਇੱਕ ਤਾਂ ਉਹ ਅਨਾਇਤ ਕਰੋ ਜੀ ਉੱਠ ਸ਼ਾ ਹੁਸੈਨਾ ਕਿਉਂਕਿ ਕੁਝ ਲੋਕਾਂ ਨੇ ਉਹਦੀ ਕੁਝ ਲਾਈਨਸ ਪਹਿਲੇ ਵਾਲੇ ਸੁਣੀਆਂ ਨੇ ਲੇਕਿਨ ਜੋ ਬਾਅਦ ਦੀ ਲਾਈਨਸ ਨੇ ਉਹਨੂੰ ਸੁਣ ਕੇ ਜੋ ਬੰਦੇ ਦੀ ਹਾਲਤ ਹੁੰਦੀ ਹੈ ਔਰ ਜੋ ਇੱਕ ਉਹ ਉਹ ਵੀ ਮੈਂ ਚਾਹਨਾ ਕਿ ਮੇਰੇ ਨਾਜ਼ਰੀਨ ਤੱਕ ਪਹੁੰਚਣ ਔਰ ਉਹ ਸੁਨਣ ਕਿ ਇਹ ਨਜ਼ਮ ਹੈ ਕੀ ਅਸਲ ਵਿੱਚ ਦਰਸਲ ਜਦੋਂ ਮੈਂ ਨਾ ਪੰਜਾਬੀ ਵੱਲ ਆਇਆ ਲਿਖੀ ਤੇ ਉਰਦੂ ਹੀ ਪਹਿਲੇ ਇਕਤਦਾਜ ਹੁੰਦੀ ਹੈ ਨਾ ਕਿਉਂਕਿ ਇੱਕ ਵਾਵੇਲਾ ਜੋ ਪਿਆ ਹੁੰਦਾ ਹੈ ਕੋ ਗੋਗਾ ਉੱਠਿਆ ਹੁੰਦਾ ਵਾ ਸਾਰੇ ਪਾਸੇ ਇੱਕ ਗਦਰ ਪਿਆ ਹੁੰਦਾ ਉਹ ਫਿਰ ਉਹ ਬੱਚਾ ਹੁੰਦਾ ਵਾ ਬਾਲ ਉਧਰ ਨੂੰ ਟੁਰ ਪੈਂਦਾ ਲੇਕਿਨ ਪੰਥ ਤੇ ਉਦੋਂ ਵੀ ਇਹ ਹੀ ਸੀ ਲਾਈਨ ਉਦੋਂ ਵੀ ਇਹ ਹੀ ਸੀ ਲੇਕਿਨ ਉਹ ਜਦੋਂ ਇਧਰ ਨੂੰ ਟੁਰਿਆ ਵਾ ਪੰਜਾਬੀ ਵੱਲ ਨੂੰ ਫਿਰ ਇਹਨਾਂ ਲੋਕਾਂ ਦੇ ਬਾਰੇ ਉਹ ਆਸਤਾਨਿਆਂ ਤੇ ਹਾਜ਼ਰੀਆਂ ਦੇਣੀਆਂ ਸ਼ੁਰੂ ਇੱਕ ਇਹਦੇ ਵਿੱਚ ਨਾ ਬੜਾ ਵੱਡਾ ਇੱਕ ਰਾਜ਼ ਆ ਉਹ ਇੱਕ ਬਹੁਤ ਇੱਕ ਇੰਟਰਵਿਊ ਸੀਗਾ ਤੇ ਉਹਦੇ ਤੇ ਹਨਾ ਮੈਂ ਕੁਝ ਗੱਲਾਂ ਕਰ ਦਿੱਤੀਆਂ ਖੋਲ ਦਿੱਤੀਆਂ ਮੈਂ ਕੁਝ ਅਸਮੋਸ ਨਹੀਂ ਉਹ ਜਿਹੜੀਆਂ ਖੋਲਣੀਆਂ ਨਹੀਂ ਚਾਹੀਦੀਆਂ ਸੀ ਉਸ ਤੋਂ ਬਾਅਦ ਮੈਂ ਕਿੰਨੇ ਸਾਲ ਇੱਕ ਅਜੀਬ ਕਫੀਅਤ ਦੇ ਵਿੱਚ ਰਿਹਾ ਇੱਕ ਤੇ ਹੁੰਦੀ ਐਵੇਂ ਗੱਲ ਇਹ ਗੱਲ ਨਹੀਂ ਆ ਕੋਈ ਗੱਲ ਹੈ ਵੀ ਆ ਠੀਕ ਹੈ ਇਹ ਜਿਹੜੀ ਹੈ ਇਸ ਕਰਕੇ ਉਹ ਨਜ਼ਮ ਦੇ ਬਾਰੇ ਆਨੇ ਉਹ ਫਿਰ ਨਾ ਉਹ ਸੂਫੀਆਂ ਨੂੰ ਨਾ ਮੈਂ ਇੱਕ ਬੇਨਤੀ ਇਸ ਨਜ਼ਮ ਦਾ ਜਿਹੜਾ ਦਰਹਕੀਕਤ ਨਾ ਸੀ ਸੀ ਬੇਨਤੀ 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 ਤਰਲਾ ਪਾਇਆ ਹੋਇਆ ਸੀ ਉਹਨਾਂ ਅੱਗੇ ਕਿਉਂਕਿ ਰੂਹ ਨੂੰ ਤੇ ਕੋਈ ਮੌਤ ਨਹੀਂ ਨਾ ਹੈ ਰੂਹ ਤੇ ਹੈ ਬੁੱਲੇ ਸ਼ਾਹ ਜੀ ਇੱਕ ਜਗ੍ਹਾ ਫਰਮਾਉਂਦੇ ਨੇ ਕਿਆਪੇ ਪਾਈਆਂ ਕੁੰਡੀਆਂ ਤੇ ਆਪੇ ਖਿਚਣਾ ਡੋਰ ਆਖਰ ਕੋਈ ਤੇ ਗੱਲ ਹੈ ਨਾ ਜਿਹੜੀ ਉਹ ਤੇ ਖੁੱਲ ਗਈ ਆ ਕਿ ਨਹੀਂ ਤੂੰ ਆਪ ਹੀ ਐਜ ਕਰਕੇ ਆਇਆ ਇੱਕ ਖੇਡ ਬਣਾਈ ਹੈ ਬਿਲਕੁਲ ਸਹੀ ਆਪੇ ਪਾਈਆਂ ਕੁੰਡੀਆਂ ਤੇ ਆਪੇ ਖਿਚਣਾ ਡੋਰ ਸਾਡੇ ਵੱਲ ਮੁਖੜਾ ਮੋੜ ਵਾਹ ਅਰਸ਼ ਕੁਰਸੀ ਤੇ ਬਾਂਗਾ ਮਿਲੀਆਂ ਬਾਤ ਤੇ ਉੱਥੋਂ ਦੀ ਸੀ ਲੇਕਿਨ ਉਹ ਬੁੱਲਾ ਜੀ ਨੂੰ ਕਿਨੇ ਸਮਝਾਈ ਸ਼ਾਹ ਨਾਇਤ ਨੇ ਉਹ ਲਾਹੌਰ ਸੀ ਵਾਹ ਆਪੇ ਪਾਈਆਂ ਕੁੰਡੀਆਂ ਤੇ ਆਪੇ ਖਿਚਣਾ ਡੋਰ ਸਾਡੇ ਵੱਲ ਮੁਖੜਾ ਮੋੜ ਅਰਸ਼ ਕੁਰਸੀ ਤੇ ਵੰਗਾ ਮਿਲੀਆਂ ਸੁਣੀਆਂ ਤਖਤ ਲਾਹੌਰ ਤੇ ਬੁੱਲੇ ਸ਼ਾਹ ਸੀ ਮਰਨਾ ਨਹੀਂ ਗੋਰ ਪਿਆ ਕੋਈ ਹੋਰ ਕੀ ਬਾਤ ਆਖਰ ਤੇ ਕੋਈ ਹੈ ਨਾ ਜਿਹੜੀ ਉਹ ਜਾਣ ਗਿਆ ਵਾ ਇਸ ਗੱਲ ਨੂੰ ਉਦਾਂ ਕਿਦਾਂ ਕਹਿੰਦਾ ਆਦਮੀ ਅਗਰ ਝੂਠ ਜਿਹੜਾ ਇਨੀਆਂ ਸਦੀਆਂ ਨਹੀਂ ਚੱਲਦਾ ਹੁੰਦਾ ਜਿੰਨੀਆਂ ਸਦੀਆਂ ਹੋ ਗਈਆਂ ਉੱਥੇ ਦੀਵਾ ਬਲਦੇ ਆ ਭਾਵੇਂ ਉਸ ਵੇਲੇ ਤੇ ਉਹਦੀ ਮੁਖਾਲਫਤ ਹੋਈ ਝੂਠ ਜਿਹੜਾ ਬੜੇ ਬਰ 2 ਸਾਲ 4 ਸਾਲ 5 ਸਾਲ ਚੱਲ ਜੂਗਾ ਸਦੀਆਂ ਦੇ ਵਿੱਚ ਝੂਠ ਨਹੀਂ ਚੱਲਦਾ ਇਹਦਾ ਮਤਲਬ ਹੈ ਕਿ ਉਹ ਸੱਚੇ ਉਹਨੇ ਆਪਣੀ ਪਛਾਣ ਕਰ ਲਈ ਏ ਉਸ ਕਰਕੇ ਉਹ ਵੇ ਨਿਆਜ਼ ਹੋ ਚੁੱਕਾ ਹੈ ਆਪੇ ਪਾਈਆਂ ਕੁੰਡੀਆਂ ਤੇ ਆਪੇ ਖਿੱਚਣਾ ਏ ਡੋਰ ਸਾਡੇ ਵੱਲ ਮੁਖੜਾ ਮੋੜ ਹਰ ਇੱਕ ਕੁਰਸੀ ਤੇ ਬੰਗਾ ਮਿਲੀਆਂ ਸੁਣੀਆਂ ਤਖਤ ਲਾਹੌਰ ਤੇ ਬੁੱਲੇ ਸ਼ਾਹ ਸੀ ਮਰਨਾ ਨਹੀਂ ਗੋਰ ਪਿਆ ਕੋਈ ਹੋਰ ਗੱਲ ਤੇ ਕਾਫੀ ਤੇ ਕਾਫੀ ਲੰਬੀ ਏ ਉਹ ਲੇਕਿਨ ਜਦੋਂ ਇਧਰ ਨੂੰ ਬੰਦਾ ਟੁਰਦਾ ਹੈ ਨਾ ਉਦੋਂ ਫਿਰ ਬੰਦੇ ਨੂੰ ਆਉਂਦਾ ਕਿ ਨਹੀਂ ਯਾਰ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇਹਨਾਂ ਅੱਗੇ ਤਰਲਾ ਪਾਉਣਾ ਚਾਹੀਦਾ ਜਿਹੜਾ ਗੋਰ ਕੋਈ ਹੋਰ ਪਿਆ ਤੇ ਇਹਦਾ ਮਤਲਬ ਬੁੱਲਾ ਤੇ ਹੈਗਾ ਬੁੱਲਾ ਤਾਂ ਹੈ ਜੇ ਬੁੱਲਾ ਨਹੀਂ ਗੋਰ ਪਿਆ ਹੈਗਾ ਬੁੱਲਾ ਜਿਉਂ ਕਹਿਣ ਦਿਆ ਤੇ ਫਿਰ ਜੇ ਮੈਨੂੰ ਤੇ ਜਾਂ ਤੇ ਉੱਥੇ ਜਾਣਾ ਨਹੀਂ ਚਾਹੀਦਾ ਤੇ ਜੇ ਮੈਂ ਉਥੇ ਜਾਣ ਨਹੀਂ ਤਾਂ ਫਿਰ ਮੈਨੂੰ ਉਹਦੀ ਮੰਨਣੀ ਚਾਹੀਦੀ ਆ ਮੈਂ ਕੱਲਾ ਉਹਨੂੰ ਹੀ ਮੰਨੀ ਜਨਾ ਉਹਦੀ ਨਹੀਂ ਮੰਨਦਾ ਤੇ ਫਿਰ ਮੈਂ ਕਿਹਾ ਚਲੋ ਉਹਦੀ ਮੰਨ ਕੇ ਦੇਖਨੇ ਆ ਉਹ ਫਿਰ ਬਹੁਤ ਸਾਰੇ ਨਾਲ ਉਕਦੇ ਕੁਸ਼ਾ ਹੋਏ ਮੇਰੇ ਤੇ ਬਾਰਿਸ਼ ਜੀ ਹਲੋ ਬੁੱਲੇ ਸ਼ਾਹ ਜੀ ਹਲੋ ਸ਼ਾਹ ਹਸੈਨ ਹਲੋ ਨਾਨਕ ਦੇਵ ਜੀ ਮਹਾਰਾਜ ਹਲੋ ਮੀਆਂ ਸਾਹਿਬ ਹਲੋ ਹੱਤਾ ਕੇ ਸ਼ੇਹ ਵੱਲੋਂ ਵੀ ਹਾਲਾਂਕਿ ਉਹ ਛੋਕਰਾ ਸੀਗਾ ਨਿਗਾਹਿਆ ਮੁੰਡਾ ਸੀ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਕਿ ਬਾਬਾ ਜੀ ਤੁਸੀਂ ਉਹਨਾਂ ਨੂੰ ਬਜ਼ੁਰਗਾਂ ਚ ਰੱਖਤਾ ਮੈਂ ਕਿਹਾ ਨਹੀਂ ਯਾਰ ਉਹ ਕੋਈ ਹੋਰ ਗੱਲ ਆ ਵਰਨਾ ਇਦਾਂ ਨਹੀਂ ਹੋ ਸਕਦਾ ਉਹ ਇਸ ਤਰ੍ਹਾਂ ਕਰਕੇ ਨਾ ਫਿਰ ਉਹ ਬਜ਼ੁਰਗਾਂ ਦਾ ਕਰਕੇ ਤੇ ਮੈਂ ਉਹਨਾਂ ਨੂੰ مالک ਨੇ ਨਾ ਮੇਰੇ ਕੋਲੋਂ ਇੱਕ ਕਰਾ ਦਿੱਤੀ। ਉਦੋਂ ਮੇਰੇ ਬਾਬਾ ਜੀ ਹੱਕ ਹੋ ਗਏ ਸਨ ਤੇ ਮੈਂ ਦਰਬਾਰ ਸ਼ਰੀਫ ਤੇ ਨਾ ਸਫਾਈ ਕਰਨ ਦੇ ਆਸਾਂ। ਹਮ ਇਹ ਨਜ਼ਮ ਇਹਨੂੰ ਉਤਰਨੀ ਸ਼ੁਰੂ ਹੋ ਗਈ। ਠੀਕ ਹੈ। ਸਫਾਈ ਦੇ ਦੌਰਾਨ ਸਫਾਈ ਦੇ ਦੌਰਾਨ ਉਹ ਤੇ ਗੁਲ ਬਨਾਇਆ ਹੋਇਆ ਵਾ। ਮੈਂ ਹੁਣ ਨਾ ਚਲਾਈ ਜਾ ਰਿਹਾ ਵਾਂ। مالک ਨੇ ਕੁਝ ਯਾਦਾਂ ਦਿੱਤੀ ਹੋਈ ਹੈ ਬਲਕਿ ਬਹੁਤ ਸਾਰੇ ਮੁਸ਼ਾਇਰੇ ਤੁਸੀਂ ਦੇਖਿਆ ਹੋਗਾ ਕਿ ਕਦੀ ਮੇਰੇ ਹੱਥ 'ਚ ਕਿਤਾਬ ਜਾਂ ਕਾਗਜ਼ ਨਹੀਂ ਹੁੰਦਾ ਉਹ ਇਸ ਤਰ੍ਹਾਂ ਹੀ ਪੜਨਾ ਮੈਂ ਇਦਾਂ ਹੀ ਗੱਲਾਂ ਕਰਨੀਆਂ ਹਨ ਕਿ ਤੂੰ ਲਿਖ ਕੇ ਲੈ ਜਾਣੀਆਂ ਮੈਂ ਕਿਹਾ ਕੋਈ ਇਹ ਨਹੀਂ ਬੜਾ ਪੜਿਆ ਲਿਖਿਆ ਬੰਦਾ ਜੋ ਉਹਨੇ ਕਹਿਣਾ ਉਹ ਕਹੀ ਜਾਣਾ ਵਾ ਅਸੀਂ ਤੇ ਸੱਚ ਹੀ ਕਹਿਣਾ ਨਾ ਲੋਕੀ ਤੇ ਕਦੇ ਗੱਪ ਸ਼ਪ ਲਾਈਏ ਅਸੀਂ ਕਹਿੰਦੇ ਨਹੀਂ ਨਹੀਂ ਸੱਚ ਸੱਚ ਹੀ ਲਾਉਣਾ ਵਾ ਤੋ ਇਹਨਾਂ ਕਰਕੇ ਫਿਰ ਉਹਨਾਂ ਬਜ਼ੁਰਗਾਂ ਨਾਲ ਪ੍ਰੀਤ ਸੀ ਤੇ ਉਹ ਸ਼ਾਹ ਹੁਸੈਨ ਜੀ ਤੋਂ ਸ਼ੁਰੂ ਹੋ ਕੇ ਗੱਲ ਤੇ ਲੰਬੀ ਹੈ ਤੇ ਨਜ਼ਮ ਹੈ ਜੀ ਜੀ ਸੁਣਾ ਦੇਣਾ ਮੈਂ ਕਉਦੇ ਜਿਹੜਾ ਪਛੋਕੜ ਮੈਂ ਤੁਹਾਨੂੰ ਦੱਸਿਆ ਹੈ ਕਿ ਜਦੋਂ ਫਿਰ ਮੈਂ ਇਹਦੇ ਨੂੰ ਟੁਰਿਆ ਤੇ ਇਹਨਾਂ ਨੂੰ ਪੜਿਆ ਨਾ ਜਦੋਂ ਫਿਰ ਇਹਨਾਂ ਦੀਆਂ ਗੱਲਾਂ ਮੇਰੇ ਤੇ ਖੁੱਲਦੀਆਂ ਗਈਆਂ ਕਿ ਬਹੁਤੀ ਖੁਸ਼ੀ ਦੁੱਖ ਬਰਾਬਰ ਨਾਲ ਯਕੀਨ ਦੇ ਜਾਣੀ ਤੇ ਬਹੁਤ ਜ਼ਿਆਦਾ ਹੱਸਣਾ ਕਹਿੰਦੇ ਦਿਲਾਂ ਨੂੰ ਮੁਰਦਾ ਕਰ ਦਿੰਦਾ ਇਹ ਪਾਕ ਕਲਾਮ ਆ ਬਿਲਕੁਲ ਤੇ ਇਦਾਂ ਹੀ ਉਹ ਕਹਿੰਦੇ ਆ ਇਹਨੇ ਕਿ ਬਹੁਤੀ ਖੁਸ਼ੀ ਦੁੱਖ ਬਰਾਬਰ ਨਾਲ ਯਕੀਨ ਦੇ ਜਾਣੀ ਸੁੱਕ ਜਾਂਦੇ ਉਹ ਰੁੱਖ ਮੁਹੰਮਦ ਜਿਨ੍ਹਾਂ ਨੂੰ ਬਹੁਤਾ ਪਾਣੀ ਇੱਕ ਰੁੱਖ ਨੂੰ ਬਹੁਤਾ ਪਾਣੀ ਪਾ ਕੇ ਦੇਖੋ ਸੁੱਕ ਜਾਏਗਾ ਸੁੱਕ ਜਾਏਗਾ ਫਜ਼ੂਲੀਅਤ ਦੇ ਵਿੱਚ ਲੱਗ ਰਵੇ ਇੱਕ ਦਿਨ ਖਤਮ ਹੋ ਜਾਏਗਾ ਕੱਚੀ ਕੰਧ ਨੂੰ 컬러 ਦਾ ਰੋਗ ਲੱਗਾ ਕਿਸੇ ਰੋਜ਼ ਨੂੰ ਇਹ ਮਕਾਨ ਹੈ ਨਹੀਂ ਤੇ ਉਹ ਕਹਿੰਦਾ ਇਹਨੂੰ ਮੈਂ ਖਨਕ ਦੀ ਮਿੱਟੀ ਤੋਂ ਪੈਦਾ ਕੀਤਾ ਵਾ ਤੇ ਉਹਨੂੰ 컬러 ਦੀ ਮਿੱਟੀ ਉਹ 컬러 ਲੱਗ ਜੇ ਤੇ ਕੰਧ ਤੇ ਟੈਪੇਗੀ ਕੱਚੀ ਤੋ ਜਦੋਂ ਫਿਰ ਇਦਾਂ ਦੀਆਂ ਗੱਲਾਂ ਖੁੱਲਦੀਆਂ ਸਨ ਮੈਂ ਮਜ਼ਾ ਬੜਾ ਲੈਂਦਾ ਸੀ ਹੈ ਮੈਂ ਬਾਹਲੀ ਸੀ ਲੇਕਿਨ ਨਾ ਅੰਦਰੋਂ ਬੜਾ ਬੁੱਢਾ ਹੋ ਗਿਆ ਸੀ ਬੜਾ ਉਹਦਾ ਮਜ਼ਾ ਲੈਣਾ ਉਹ ਫਿਰ ਮੈਂ ਨਾ ਇਧਰ ਨੂੰ ਫਿਰ ਮੇਰੇ ਸਾਈਆਂ ਨੇ ਮੈਨੂੰ ਇਹ ਗੱਲ ਫਰਮਾਤੀ ਮੈਨੂੰ ਕਹਿੰਦੇ ਜੋਗੀ ਹੁੰਨੇ ਤੈਨੂੰ ਇੱਕ ਗੱਲ ਮੈਨੂੰ ਜੋਗੀ ਆਖਦੇ ਹੁੰਦੇ ਸਨ ਆਪ ਜੋਗੀ ਤੈਨੂੰ ਇਹ ਗੱ ਮੈਂ ਕਹ ਜੀ ਦੱਸੋ ਕਹਿੰਦੇ ਯਾਰ ਹੁਣ ਜੇ ਤੂੰ ਲਿਖਣਾ ਵਾ ਨਾ ਜੇ ਤੇਰਾ ਦਿਲ ਕਰਦਾ ਹੀ ਹੈ ਤੇ ਉਸ ਬੋਲੀ ਚ ਲਿਖ ਜਿਹੜੀ ਸੜਕ ਬਣਾਉਣ ਵਾਲਾ ਮਜ਼ਦੂਰ ਦੇ ਵੀ ਸਮਝ ਆਵੇ ਬکریاں ਛਰਾਉਣ ਵਾਲੇ ਦੀ ਸਮਝ ਆਵੇ ਰੋੜੀ ਕੁੱਟਣ ਵਾਲੇ ਵੀ ਸਮਝ ਆਵੇ ਜਿਹੜਾ ਭੱਠੇ ਤੇ ਇਟਾ ਬਣਾਉਂਦਾ ਉਹਦੀ ਸਮਝ ਵੀ ਆਵੇ ਉਸ ਬੋਲੀ ਚ ਲਿਖ ਫਿਰ ਤੂੰ ਨਾ ਮਕਬੂਲ ਹੋ ਜਾਏਗਾ ਮੈਨੂੰ ਤੂੰ ਅੱਜ ਕਬੂਲ ਹੋ ਗਿਆ ਵਾਹ ਉਸੇ ਗੱਲਾਂ ਜੋ ਕਰਨ ਦੇ ਹਾਂ ਲੋ ਜੀ ਫਿਰ ਉਸ ਤੋਂ ਬਾਅਦ ਐ ਨਾ ਆ ਪਰਦਾ ਕਰਕੇ ਨੇ ਉਸ ਤੋਂ ਕੁਝ ਦੇਰ ਬਾਅਦ ਠੀਕ ਹੈ ਫਿਰ ਐ ਨਾ ਨਜ਼ਮ ਹੋਈ ਮੈਨੂੰ ਕਿਉਟ ਸ਼ਾਹ ਹਸਣਾ ਵੇਖ ਲੈ ਅਸੀਂ ਬਦਲੀ ਬੈਠੇ ਪੇਸ ਵਾਹ ਕਿ ਸਾਡਾ ਕੀ ਬਣ ਗਿਆ ਵਾ ਅਸੀਂ ਆਪਣੀ ਬੋਲੀ ਨੂੰ ਛੱਡ ਗਏ ਆ ਸਾਨੂੰ ਆਪਣੀ ਬੋਲੀ ਬੋਲਣੀ ਚਾਹੀਦੀ ਅਸੀਂ ਬੇਜ਼ੁਬਾਨੇ ਹੋ ਗਏ ਆ ਉਹ ਚਿੜੀ ਦੀ ਕਾਂ ਤਰ੍ਹਾਂ ਬੋਲਦੀ ਬੱਕਰੀ ਨਹੀਂ ਗਾਂ ਤਰ੍ਹਾਂ ਬੋਲਦੀ ਗਾਂ ਨਹੀਂ ਕੋਈ ਮੱਝ ਤਰ੍ਹਾਂ ਬੋਲਦੀ ਮੱਝ ਨਹੀਂ ਹਰਨ ਤਰ੍ਹਾਂ ਬੋਲਦੀ ਹਰਨ ਨਹੀਂ ਸ਼ੇਰ ਤਰ੍ਹਾਂ ਬੋਲਦੀ ਸ਼ੇਰ ਨਹੀਂ ਚੀਤੇ ਤਰ੍ਹਾਂ ਬੋਲਦਾ ਯਾਨੀ ਸਾਰੇ ਆਪਣੀ ਆਪਣੀ ਬੋਲੀ ਨਾਲ ਪਿਆਰ ਕਰਦੇ ਨੇ ਅਸੀਂ ਛਾਉ ਹਸੈਨ ਸਾਨੂੰ ਕੀ ਹੋ ਗਿਆ ਫਿਰ ਉਹਨਾਂ ਅੱਗੇ ਤਰਲਾ ਪਾਇਆ ਕਿਉਂਕਿ ਉਦੋਂ ਪੱਕ ਹੋ ਗਿਆ ਸੀ ਕਿ ਨਹੀਂ ਨਹੀਂ ਬੁੱਲਾ ਜਿਹੜਾ ਨਾ ਗੋਰਚ ਨਹੀਂ ਹੈਗਾ ਇਹਦਾ ਗੱਲ ਕਰ ਲੈਣੀ ਚਾਹੀਦੀ ਕਿਉਂਟ ਛਾਉ ਹਸੈਨਾ ਵੇਖ ਲੈ ਅਸੀਂ ਬਦਲੀ ਬੈਠੇ ਭੇਸ ਸਾਡੀ ਜਿੰਦ ਨਮਾਣੀ ਕੂਕਦੀ ਅਸਾਂ ਰੁੱਲ ਗਏ ਵਿੱਚ ਪਰਦੇਸ ਸਾਡਾ ਹਰ ਦਮ ਜੀ ਕਰ ਲਾਮਦਾ ਸਾਡੀ ਨੀਰ ਵਗਾਵੇ ਅੱਖ ਅਸਾਂ ਜੀਉਂਦੀ ਜਾਣੇ ਮਰ ਗਏ ਸਾਡਾ ਮਦ ਹੋਇਆ ਵਕਿ ਕਿਉਂਕਿ ਛਾਉ ਹਸੈਨ ਦਾ ਪ੍ਰੇਮਕਾਰ ਸੀ ਮਦ ਮਦੂ ਲਾਲ ਸ ਬਹੁਤ ਪਿਆਰ ਸੀ ਆਪ ਨੂੰ ਉਹ ਜਿੱਦਾਂ ਉਹ ਸੂਫੀ ਸੀ ਜਿਹੜਾ ਉਹਦਾ ਪੰਥ ਸੀ ਨਾ ਜਿਹੜਾ ਉਹਦਾ ਕਾਰ ਸੀ ਜਿਹੜਾ ਉਹਦਾ ਕਰਤਵ ਦੇਆ ਸੀ ਜੋ ਕਰਦੇ ਸਨ ਉਹਨੂੰ ਫਿਰ ਉਹਨਾਂ ਆਪ ਹੀ ਪਰੋਂਦੇ ਰਹੇ ਨੇ ਫਿਰ ਮੈਂ ਨਹੀਂ ਸੀ ਹੈਗਾ ਫਿਰ ਉਹ ਆਪ ਹੀ ਸੀ ਜਿਵੇਂ ਗ਼ਾਲिब ਕਹਿੰਦਾ ਆਤੇ ਹੈ ਗੈਬ ਸੇ ਇਹ ਮਜ਼ਾ ਮੀ ਖਿਆਲ ਮੇ ਬਸ ਫਿਰ ਚੱਲਦੀ ਹੀ ਰਹੀ ਵਾਹ ਕਿਉਟ ਸ਼ਾਹ ਹੁਸੈਨ ਆ ਵੇਖ ਲੈ ਅਸੀਂ ਬਦਲੀ ਬੈਠੇ ਭੇਸ ਸਾਡੀ ਜਿੰਦ ਨਮਾਣੀ ਕੂਕਦੀ ਅਸਾਂ ਰੁੱਲ ਗਏ ਵਿੱਚ ਪਰਦੇਸ ਸਾਡਾ ਹਰਦਮ ਜੀ ਕੁਰਲੰਦਾ ਸਾਡੀ ਨੀਰ ਵਗਾਵੇ ਅੱਖ ਅਸਾਂ ਜੀਉਂਦੀ ਜਾਣੇ ਮਰ ਗਏ ਸਾਡਾ ਮਦੂ ਹੋਇਆ ਵਾਹ ਸਾਨੂੰ ਸੱਪ ਸਮੇ ਦਾ ਡੰਗਦਾ ਸਾਨੂੰ ਸੱਪ ਸਮੇ ਦਾ ਡੰਗਦਾ ਸਾਨੂੰ ਸੱਪ ਸਮੇ ਦਾ ਡੰਗਦਾ ਸਾਨੂੰ ਪਲ-ਪਲ ਚੜਦਾ ਜ਼ਹਿਰ ਵਾਹ ਸਾਡੇ ਅੰਦਰ ਬੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ ਕੀ ਬਾਤ ਅਸੀਂ ਸ਼ੌਗਮਾਂ ਵਿੱਚ ਡੁੱਬਦੇ ਸਾਡੀ ਰੁੱੜ ਗਈ ਨੌਪਤਵਾਰ ਵਾਹ ਸਾਡੇ ਬੁਲਲਟ ਤੇ ਪਾਬੰਦੀਆਂ ਸਾਡੇ ਸਿਰ ਲਟਕੇ ਤੱਕ। ਵਾਹ। ਅਸੀਂ ਨੈਣਾ ਦੇ ਖੂ ਗੇੜ ਕੇ ਕੀਤੀ ਬੱਤਰ ਦਿਲ ਦੀ ਪੌਂ। ਇਸ ਕਵਿਤਾ ਦੇ ਵਿੱਚ ਇਸ ਨਜ਼ਮ ਦੇ ਵਿੱਚ ਨਾ ਇਹ ਜਿੰਨੇ ਸੂਫੀਆ ਨੇ ਨਾ ਜੋ ਉਹਨਾਂ ਦਾ ਕਰਤਵਿਧਿਆ ਵੀ ਸੀ ਨਾ ਯੁੱਧ ਵਿੱਚ ਸ਼ਾਮਲ ਆ ਕਿਉਂ ਕੀ ਕਰਦੇ ਸਨ ਉਹਨਾਂ ਦਾ ਕਰਤਵਿਧਿਆ ਕੀ ਸੀ? ਬਿਲਕੁਲ ਸਹੀ। ਅਸੀਂ ਖੁੱਬੇ ਗਮ ਦੇ ਖੋਬੜੇ ਸਾਡੇ ਲੰਮੇ ਹੋ ਗਏ ਕੇਸ। ਪਾ ਤਾਣੇ ਬਾਣੇ ਸੋਚਦੇ ਅਸਾਂ ਬੁੰਦੇ ਰਹਿੰਦੇ ਕੇਸ। ਵਾਹ। ਹਣ ਓਸ਼ਾ ਸੈਂਬ ਕੰਮ ਕਰਦੇ ਸਾਨੇ ਜੁਲਾਈ ਦਾ ਹੁਣ ਛੇਤੀ ਬੌੜੀ ਬੁੱਲਿਆ ਸਾਡੀ ਸੂਲੀ ਟੰਗੀ ਜਾਨ ਵਾਹ ਹੁਣ ਛੇਤੀ ਬੌੜੀ ਬੁੱਲਿਆ ਸਾਡੀ ਸੂਲੀ ਟੰਗੀ ਜਾਨ ਤੈਨੂੰ ਵਾਸਤਾ ਸ਼ਾਹ ਨੈਦ ਦਾ ਨਾ ਤੋੜੀ ਸਾਡਾ ਮਾਨ ਕਿ ਜੇ ਤੂੰ ਗੌਰ ਨਹੀਂ ਪਿਆ ਤੇ ਫੇ ਸ਼ਾਹ ਨੈਦ ਦੀ ਤੇ ਹਾਲੇ ਵੀ ਮਾਨਦੇ ਆਂ ਪਿਆ ਤੇ ਉਹ ਵੀ ਨਹੀਂ ਵਾਹ ਵਾਹ ਹੁਣ ਛੇਤੀ ਬੌੜੀ ਬੁੱਲਿਆ ਸਾਡੀ ਸੂਲੀ ਟੰਗੀ ਜਾਨ ਤੈਨੂੰ ਵਾਸਤਾ ਸ਼ਾਹ ਨੈਦ ਦਾ ਨਾ ਤੋੜੀ ਸਾਡਾ ਮਾਨ ਅਸੀਂ ਪੈਰੀਂ ਪਾਲੇ ਕੁੰਗਰੂ ਸਾਡੀ ਪਾਵੇ ਜਿੰਦ ਤਮਾਲ ਸਾਡੇ ਜਾਨ ਲੰਬਾਂ ਤੇ ਅਪੜੀ ਹੁਣ ਛੇਤੀ ਮੁਖ ਵਕਾਲ ਸਾਡੇ ਸਿਰ ਤੇ ਸੂਰਜ ਹਾੜਦਾ ਸਾਡੇ ਅੰਦਰ ਸੀਤ ਸਿਆਲ ਓਏ ਹੋਏ ਸਾਡੇ ਸਿਰ ਤੇ ਸੂਰਜ ਹਾੜਦਾ ਸਾਡੇ ਅੰਦਰ ਸੀਤ ਸਿਆਲ ਬਣ ਛਾਂ ਹੁਣ ਚੇਤਰ ਰੁੱਖ ਦੀ ਸਾਡੇ ਅੰਦਰ ਪਾਂਬੜ ਬਾਲ ਵਾਹ ਅਸਾਂ ਮਚ ਮਚਾਇਆ ਇਸ਼ਕ ਦਾ ਸਾਡਾ ਲੂਸਿਆ ਇੱਕ ਇੱਕ ਲੂ ਅਸਾਂ ਖੁਦ ਨੂੰ ਭੁੱਲੇ ਸਾਵਲਾ ਸਾਂ ਹਰਦਮ ਜਪਿਆ ਤੂੰ ਤੂੰ ਮਚ ਮਚਾਇਆ ਇਸ਼ਕ ਦਾ ਕੀ ਬਾਤ ਹੈ ਅਸਾਂ ਮਚ ਮਚਾਇਆ ਇਸ਼ਕ ਦਾ ਸਾਡਾ ਲੂਸਿਆ ਇੱਕ ਇੱਕ ਲੂ ਅਸਾਂ ਖੁਦ ਨੂੰ ਭੁੱਲੇ ਸਾਵਲਾ ਸਾਂ ਹਰਦਮ ਜਪਿਆ ਤੂੰ ਤੂੰ ਸਾਨੂੰ ਚਿੰਤਾ ਚਿਖਾ ਚੜਾਉਂਦੀ ਸਾਡੇ ਟਿੜਕਣ ਲੱਗੇ ਹੱਡ ਹਾਏ 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 ਸਾਨੂੰ ਚਿੰਤਾ ਚਿਖਾ ਚੜਾਉਂਦੀ ਸਾਡੇ ਟਿੜਕਣ ਲੱਗੇ ਹੱਡ ਫੜ ਲੇਖਾਂ ਵਰਛੀ ਦੁੱਖ ਦੀ ਸਾਡੇ ਸੀਨੇ ਦੀ ਗੱਡ ਵਾਹ ਵਾਹ ਕੀ ਬਾਤ ਹੈ ਅਸਾਂ ਤੁਰਤੋਂ ਦੁਖੜੇ ਝਾਗਦੇ ਉਹ ਜਦੋਂ ਉਹਨੇ ਸਾਨੂੰ ਆਪਣੇ ਤੋਂ ਅਲਹਿਦਾ ਕੀਤਾ ਹਾਏ ਹਾਏ ਕਿਆ ਲਫੜ ਤੂੰ ਹੁਣ ਇਹਦੇ ਚ ਵੜੇ ਇੱਕ ਵੇਲਾ ਆਏਗਾ ਤੈਨੂੰ ਬੁਲਾਵਾਂਗੇ ਵਾਹ ਤੋ ਬਸ ਅਸੀਂ ਤੇ ਉਹ ਇੰਤਜ਼ਾਰ ਕਰ ਰਹੇ ਹਾਂ ਅਸਾਂ ਤੁਰਤੋਂ ਦੁਖੜੇ ਝਾਗਦੇ ਸਾਡੇ ਲੇਖੀ ਲਿਖਿਆ ਸੋਗ ਸਾਡੀ ਵਾਟ ਲੁਮੇਰੀ ਦੁੱਖ ਦੀ ਸਾਡੇ ਉਮਰਾਂ ਲੰਮੇ ਕੀ ਬਾਤ ਹੈ ਚਾ ਵਾਹ ਵਾਹ ਸਾਡੇ ਵਿੜੇ ਫੂੜੀ ਦੁੱਖ ਦੀ ਸਾਡਾ ਰੋ ਰੋ ਚੋਇਆ ਨੂਰ ਇਹ ਔਕੜ ਸਾਡੀ ਟਾਲ ਦੇ ਤੇਰਾ ਜੀਵੇ ਸ਼ਹਿਰ ਕਸੂਰ ਤੇ ਆ ਵੇਖ ਸੁਖੰਦੇਵਾਰਸਾ ਤੇਰੇ ਝੰਡਿਆਲੇ ਦੀ ਖੈਰ ਕੀ ਬਾਤ ਆ ਵੇਖ ਸੁਖੰਦੇਵਾਰਸਾ ਤੇਰੇ ਝੰਡਿਆਲੇ ਦੀ ਖੈਰ ਅੱਜ ਪੁੱਤਰ ਬੋਲੀ ਮਾਂ ਦੇ ਪੇਮਾਨ ਨਾਲ ਰੱਖਣ ਵੈਰ ਕੀ ਬਾਤ ਅੱਜ ਹੀਰ ਤੇਰੀ ਪਈ ਸੈਕਦੀ ਅੱਜ ਕੈਦੋ ਚੜਿਆ ਰੰਗ ਅੱਜ ਤਖਤ ਹਜ਼ਾਰੇ ਟਹਿ ਗਏ ਆ ਜੂਝੜਿਆ ਤੇਰਾ ਚੰਗ ਵਾਹ ਅੱਜ ਬੇਲੇ ਹੋ ਗਏ ਸੁੰਝੜੇ ਅੱਜ ਸੁਕਿਆ ਵੇਖ ਚਨਾ ਅੱਜ ਫਿਰ ਨਾ ਜ਼ੁਰਦਾ ਰਾਂਝੜੇ ਅੱਜ ਖੇੜੇ ਕਰਦੇ ਚਾ ਅੱਜ ਟੁੱਟੀ ਵੰਝਲੀ ਪ੍ਰੀਤ ਦੀ ਅੱਜ ਮੁਕੇ ਸੁਖ ਦੇ ਗੀਤ ਉਹ ਬਣ ਜੋਗੀ ਦਰਦਰ ਟੋਲਿਆ ਸਾਲੂ ਕੋਈ ਨਾ ਮਿਲਿਆ ਅਸਾਂ ਅੱਖਰ ਮੋਤੀ ਰੋਲਦੇ ਇਹ ਉਹਨਾਂ ਦਾ ਫੈਜ਼ ਆ ਕਿ ਇੱਕ ਵੀ ਸ਼ੇਰ ਜਿਹੜਾ ਫਿੱਕਾ ਨਹੀਂ ਹੈ ਇਹ ਫੈਜ਼ ਆ ਉਹਨਾਂ ਸਾਰਿਆਂ ਦਾ ਕਿ ਭਰਤੀ ਹੈ ਹੀ ਨਹੀਂ ਅਸਾਂ ਅੱਖਰ ਮੋਤੀ ਰੋਲਦੇ ਚੋਕਾ ਛਿੱਕਾ ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਆਵਾਜ਼ ਉਹ ਕੋਈ ਲੱਬੇ ਹੀਰ ਸਿਆਲੜੀ ਜਿਹੜੀ ਰੰਗੇ ਆਪਣਾ ਦਾਜ ਵਾਹ ਵਾਹ ਕੋਈ ਤੇ ਹੋਵੇ ਵਾਹ 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 ਕੀ ਗਜ਼ਬ ਹੈ ਕਿ ਇਸ ਜ਼ਮਾਨੇ ਮੇ ਇੱਕ ਵੀ ਸਾਹਬੇ ਸਰੂਰ ਨਹੀਂ ਵਾਹ ਹਾਂ ਅਸੀਂ ਅੱਖਰ ਮੋਤੀ ਰੋਲਦੇ ਅਸੀਂ ਦਰ ਦਰ ਲਾਂਦੇ ਆਵਾਜ਼ ਇਹ ਸ਼ਾਇਰੀ ਨਹੀਂ ਆ ਹਾਂ ਇਹ ਗਿਆਨ ਆ ਗਿਆਨ ਆ ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਆਵਾਜ਼ ਕੋਈ ਲੱਬੇ ਹੀਰ ਸਿਆਲੜੀ ਜਿਹੜੀ ਰੰਗੇ ਆਪਣਾ ਦਾਜ ਸਾਡੇ ਹੱਥ ਪਿਆਲਾ ਜ਼ਹਿਰ ਦਾ ਸਾਂ ਵੇਲੇ ਦੇ ਸੁਕਰਾਤ ਵਾਹ ਵਾਹ ਸਾਡੇ ਹੱਥ ਪਿਆਲਾ ਜ਼ਹਿਰ ਦਾ ਸਾਂ ਵੇਲੇ ਦੇ ਸੁਕਰਾਤ ਅਸਾਂ ਖੰਡ ਬਣਾਉਂਦੇ ਖਾਰ ਨੂੰ ਸਾਡੀ ਜੱਗ ਤੋਂ ਵਕਰੀ ਬਾਤ ਵਾਹ ਇਹ ਬੋਲੀ ਨੂੰ ਤੁਸੀਂ ਕੌੜੀ ਖਾਰੀ ਸਮਝ ਰਹੇ ਹੋ ਮੈਨੂੰ ਇਦਾਂ ਪ੍ਰੋਵਾਂਗਾ ਤੁਹਾਨੂੰ ਸੁਣਣੀ ਪਹੇਗੀ ਕੀ ਬਾਤ ਹੈ ਕੀ ਬਾਤ ਵਾਹ ਵਾਹ ਅਸਾਂ ਖਰਮੋਤੀ ਰੋਲਦੇ ਅਸਾਂ ਦਰਦਰ ਲਾਂਦੇ ਆਵਾਜ਼ ਕੋਈ ਲੱਬੇ ਹੀਰ ਸਿਆਲੜੀ ਜਿਹੜੀ ਰੰਗੇ ਆਪਣਾ ਦਾਜ ਸਾਡੇ ਹੱਥ ਪਿਆਲਾ ਜ਼ਹਿਰ ਦਾ ਸਾਂ ਵੇਲੇ ਦੇ ਸੁਕਰਾਤ ਅਸਾਂ ਖੰਡ ਬਣਾਦੇ ਖਾਰ ਨੂੰ ਸਾਡੀ ਜਗ ਤੋਂ ਵੱਖਰੀ ਬਾਤ ਵਾਹ ਤੇ ਉਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ ਕੀ ਬਾਤ ਉਠ ਜਾਗ ਫਰੀਦਾ ਉਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ ਜਿੰਦ ਹਿਜਰ ਕਰੀਬੇ ਫਸ ਕੇ ਅਜ ਹੋ ਗਈ ਲੀਰੋ ਲੀਰ ਵਾਹ ਉਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ ਜਿੰਦ ਹਿਜਰ ਕਰੀਰੇ ਫਸਕੇ ਅਜ ਹੋ ਗਈ ਲੀਰੋ ਲੀਰ ਸਾਨੂੰ ਜੋਬਨ ਰੁੱਤੇ ਵੇਖ ਕੇ ਸਭ ਆਖਣ ਬਾਬਾ ਲੋਗ ਵਾਹ ਸਾਨੂੰ ਜੋਬਨ ਰੁੱਤੇ ਵੇਖ ਕੇ ਸਭ ਆਖਣ ਬਾਬਾ ਲੋਗ ਕਿਸ ਖੋਇਆ ਸਾਡਾ ਜੋਬਨਾ ਸਾਨੂੰ ਕਿਹਾ ਲੱਗਾ ਰੋਗ ਅਸਾਂ ਪੀੜਾਂ ਦਾ ਵੰਜ ਪਾ ਲਿਆ ਸਾਨੂੰ ਦੁੱਖਾਂ ਚਾੜੀ ਪਾਣ ਸਾਨੂੰ ਗਮ ਦਾ ਪੇਂਜਾ ਪਿੰਜਦਾ ਸਾਡੇ ਤੁੰਬੇ ਉੱਡਦੇ ਗਏ ਹਾਏ 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 ਅਸਾਂ ਪੀੜਾਂ ਦਾ ਵੰਜ ਪਾਲਿਆ ਵਾਹ ਇਹ ਚਾੜੀਆਂ ਮੰਗਾ ਨੇ ਆ ਪਾਈਆਂ ਨੇ ਵਾਹ ਸ਼ੌਕ ਨਾ ਪਾਈਆਂ ਨੇ ਸਾਨੂੰ ਵੀ ਦੇਖਦਾ ਵਾ ਕਈ ਕੁਛ ਆਲਾ ਦਵਾਲਾ ਅਸਾਂ ਪੀੜਾਂ ਦਾ ਵੰਜ ਪਾਲਿਆ ਸਾਨੂੰ ਦੁੱਖਾਂ ਚਾੜੀ ਪਾਣ ਸਾਨੂੰ ਗਮ ਦਾ ਪਿੰਝਾ ਪਿੰਜਦਾ ਸਾਡੇ ਤੁੰਬੇ ਉੱਡਦੇ ਜਾਣ ਸਾਨੂੰ ਜੋਬਣ ਰੁੱਤੇ ਵੇਖ ਕੇ ਸਭ ਆਖਣ ਬਾਬਾ ਲੋਗ ਵਾਹ ਸਾਨੂੰ ਜੋਬਣ ਰੁੱਤੇ ਵੇਖ ਕੇ ਸਭ ਆਖਣ ਬਾਬਾ ਲੋਗ ਅਸਾਂ ਵੀਜੇ ਰੋਖਾ ਨਾਰ ਦੇ ਸਾਨੂੰ ਲੱਭੇ ਤੁਮੇ ਕੌਲ ਅਸਾਂ ਵੀਜੇ ਰੁਖਾਂ ਨਾਲ ਦੇ ਸਾਨੂੰ ਲੱਭੇ ਤੁਮੇ ਕੋੜ ਅਸਾਂ ਮਰਨ ਦਿਹਾੜੋ ਡੀਕਦੇ ਸਾਡੀ ਵਾਦੀ ਜਾਵੇ ਸੌੜ ਸਾਡੇ ਸਿਰ ਤੇ ਰੁਖ ਬਲੌਰ ਦੇ ਸਾਡੇ ਸਿਰ ਤੇ ਰੁਖ ਬਲੌਰ ਦੇ ਸਾਡੀ ਧੁੱਪੋ ਕੈਰੀ ਛਾਂ ਸਾਡੇ ਤੰਬੂ ਸਾੜੇ ਸੂਰਜੇ ਸਾਡੀ ਲੁਸੇ ਧਰਤੀ ਮਾਂ ਸਾਡੀ ਉਜੜੀ ਹਾਲਤ ਵੇਖ ਕੇ ਪਾ ਰਹਿਮ ਦੀ ਇੱਕ ਛਾਤ ਉਹ ਸਾਡੇ ਸਿਰ ਤੋਂ ਅੰਨੀ ਰਾਤ ਨੂੰ ਹੁਣ ਕਰ ਸਾਈਆਂ ਸ਼ਬਰਤ ਕੀ ਬਾਤ ਕਿਆ ਬਾਤ ਹੈ ਤੇ ਹੁਨਾ ਬਾਹੂ ਸੁਲਤਾਨਿਆਂ ਸਾਨੂੰ ਦਰਦਾਂ ਲਿਆ ਲਤਾੜ ਆਹ ਨਾ ਫੇ ਤੂੰ ਆਮਦਾਨ ਸੁਲਤਾਨਬਾਬ ਹੁਨਾ ਬਾਹੂ ਸੁਲਤਾਨਿਆਂ ਸਾਨੂੰ ਦਰਦਾਂ ਲਿਆ ਲਤਾੜ ਅੱਜ ਤੋੜ ਜ਼ੰਜੀਰੀ ਦੁੱਖ ਦੀ ਅੱਜ ਹੂ ਦਾ ਨਾਰਾ ਮਾਰ ਵਾਹ ਇਹ ਸਾਰੇ ਮੈਂ ਦੇ ਚੱਕਰ ਚ ਫੇਰੇ ਤੂੰ ਹੂ ਦੀ ਗੱਲ ਕਰ ਹੂ ਦੀ ਗੱਲ ਕਰ ਹੁਨਾ ਬਾਹੂ ਸੁਲਤਾਨਿਆਂ ਸਾਨੂੰ ਦਰਦਾਂ ਲਿਆ ਲਤਾੜ ਅੱਜ ਤੋੜ ਜ਼ੰਜੀਰੀ ਦੁੱਖ ਦੀ ਅੱਜ ਹੂ ਦਾ ਨਾਰਾ ਮਾਰ ਸਾਨੂੰ ਅਲਫ਼ ਬਣਾ ਦੇ ਪਿਆਰਿਆ ਸਾਡੀ ਮੁੱਕ ਜਾਏ ਬੇਦੀ ਲੋੜ ਹਲਫ਼ ਲਾਏ ਬੇਗੈਰ ਅੱਲਾ ਹੈ ਸਾਰਾ ਬਿਲਕੁਲ ਸਾਨੂੰ ਉਲਫ ਬਣਾ ਦੇ ਪਿਆਰੇ ਆ ਸਾਡੀ ਮੁੱਕ ਜਾਏ ਬੇਦੀ ਲੋੜ ਮਨ ਮੁਸ਼ਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਿਲ ਦੀ ਕੋੜ ਇੱਥੇ ਟਿੜਦੇ ਸਭ ਈਮਾਨ ਤੇ ਇੱਥੇ ਉੱਡਦੀ ਇਸ਼ਕ ਦੀ ਧੂੜ ਵਾਹ ਇੱਥੇ ਟਿੜਦੇ ਸਭ ਈਮਾਨ ਤੇ ਇੱਥੇ ਉੱਡਦੀ ਇਸ਼ਕ ਦੀ ਧੂੜ ਓ ਜੋ ਇਸ਼ਕ ਸਲਾਮਤ ਮੰਗਦਾ ਫੜ ਉਸ ਨੂੰ ਲੈਂਦੇ ਨੂੜ ਵਾਹ ਸਾਡਾ ਤਾਲੂ ਜਾਵੇ ਸੁੱਕਦਾ ਸਾਡੀ ਵੱਧਦੀ ਜਾਵੇ ਪਿਆਸ ਸਾਡਾ ਤਾਲੂ ਜਾਵੇ ਸੁੱਕਦਾ ਸਾਡੀ ਵਧੀ ਜਾਵੇ ਪਿਆਸ ਬਣ ਬੱਦਲ ਸਾਵਣ ਮਾ ਦਾ ਸਾਡੀ ਪੂਰੀ ਕਰਦੇ ਆਸ ਅਸੀਂ ਆਪਣੀ ਕਬਰੇ ਆਪ ਹੀ ਲੈ ਲਉਦੇ ਦੀਵੇ ਬਾਲ ਵਾਹ ਅਸਾਂ ਆਪਣੀ ਕਬਰੇ ਆਪ ਹੀ ਲੈ ਲਉਦੇ ਦੀਵੇ ਬਾਲ ਅਸਾਂ ਬੇਗੁਰਿਆਂ ਦੇ ਸ਼ਹਿਰ ਵਿੱਚ ਇਹ ਕੀਤਾ ਨਵਾਂ ਕਮਾਲ ਵਾਹ ਅਸਾਂ ਆਪਣੀ ਕਬਰੇ ਆਪ ਹੀ ਐ ਮੈਂ ਦੁੱਖ ਨਾ ਕਹਿੰਦਾ ਵਾ ਅਸਾਂ ਆਪਣੀ ਕਬਰੇ ਆਪ ਹੀ ਲੈ ਲਊ ਦੇ ਦੀਵੇ ਬਾਲ ਅਸਾਂ ਬੇਗੁਰਿਆਂ ਦੇ ਸ਼ਹਿਰ ਵਿੱਚ ਕੀਤਾ ਨਵਾਂ ਕਮਾਲ ਤੇ ਸਾਈਂ ਦਮੜੀ ਸ਼ਾਦਿਆ ਪਿਆਰਿਆ ਤੇਰਾ ਜੀਵੇ ਸੈਫ ਮਲੂ ਵਾਹ ਮੀਆਂ ਮੁਮਮਦ ਸਾਹਿਬ ਮੀਆਂ ਮੁਮਮਦ ਬਖਸ਼ ਸਾਈਂ ਦਮੜੀ ਸ਼ਾਦਿਆ ਪਿਆਰਿਆ ਤੇਰਾ ਜੀਵੇ ਸੈਫ ਮਲੂਕ ਸਾਡੇ ਦੀਦੇ ਦਰਸਣ ਦੀਦ ਨੂੰ ਸਾਡੇ ਦਿਲ ਚੋਂ ਉਠਦੀ ਹੂਕ ਸਾਨੂੰ ਗੁਰਤੀ ਦੇ ਦੇ ਸੁਖੰਦੀ ਸਾਡੇ ਕਰਦੇ ਸਾਫ ਜ਼ੁਬਾਨ ਸਾਨੂੰ ਬੁੱਕਲ ਵਿੱਚ ਲਪੇਟ ਕੇ ਹੁਣ ਬਖਸ਼ੋ ਈਮ ਗਿਆਨ ਆਏ ਹਾਏ 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 ਕੀ ਬਾਤ ਸਾਨੂੰ ਗੁਰਤੀ ਦੇ ਦੇ ਸੁਖੰਦੀ ਕਿਉਂ ਨਾ ਦੇਣ ਗਿਓ ਜਿਉ ਹੈਗੇ ਆ ਤੇ ਵਾਹ ਇਹਨਾਂ ਦਾ ਹੈ ਹੀ ਕੋਈ ਨਹੀਂ ਤਦ ਨਹੀਂ ਮਿਲਣਦੀ ਸੁਖੰਦੀ ਗੁਰਤੀ ਕੀ ਬਾਤ ਸਾਨੂੰ ਗੁਰਤੀ ਦੇਦੇ ਸੁਖੰਦੀ ਸਾਡੀ ਕਰਦੇ ਸਾਫ ਜ਼ੁਬਾਨ ਸਾਨੂੰ ਬੁਕਲ ਵਿੱਚ ਲਪੇਟ ਕੇ ਹੁਣ ਬਖਸ਼ੋ ਇਲਮ ਗਿਆਨ ਅਸਾਂ ਰਾਤੀ ਉਠ ਉਠ ਪਿੱਟਦੇ ਸਾਡੇ ਪਈ ਕਾਲਜੇ ਸੋਜ ਅਸੀਂ ਛਮ ਛਮ ਰਹੋਦੇ ਪਿਆਰਿਆ ਸਾਨੂੰ ਹਰਦਮ ਤੇਰੀ ਕੋਝ ਕੀ ਬਾਤ ਤੇ ਅਸਾਂ ਮੋਰਾ ਪੀਤਾ ਸੱਚ ਦਾ ਵਾਹ ਅਸਾਂ ਮੋਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ ਅਸਾਂ ਮੋਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ ਅਸਾਂ ਰਹਿ ਗਏ ਕਲ ਮੁਕਲੜੇ ਸਾਡਾ ਵੈਰੀ ਹੋਇਆ ਕਲ ਸਾਡੇ ਨੈਣੀ ਨੀਂਦਰ ਰੁਸਕੇ ਜਾ ਪਹੁੰਚੀ ਕਿਹੜੇ ਦੇਸ ਸਾਡੇ ਨੈਣੀ ਨੀਂਦਰ ਰੁਸਕੇ ਜਾ ਪਹੁੰਚੀ ਕਿਹੜੇ ਦੇਸ ਹਰ ਰਾਤੀ ਛਵੀਆਂ ਮਾਰਦੇ ਸਾਨੂੰ ਲੇਵ ਸਰਾਣੇ ਖੇਸ ਹਾਏ 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 ਸਾਰਾ ਸਾਡੇ ਨੈਣੀ ਨੀਂਦਰ ਰੁਸਕੇ ਜਾ ਪਹੁੰਚੀ ਕਿਹੜੇ ਦੇਸ ਵਾ 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 ਸਾਡੇ ਨੈਣੀ ਨੀਂਦਰ ਰੁਸਕੇ ਜਾ ਪਹੁੰਚੀ ਕਿਹੜੇ ਦੇਸ ਹਰ ਰਾਤੀ ਛਵੀਆਂ ਮਾਰਦੇ ਸਾਨੂੰ ਲੇਪ ਸਰਾਣੇ ਕੇਸ ਕੀ ਬਾਤ ਹੈ ਬਾਬਾ ਜੀ ਕੀ ਬਾਤ ਆ ਕੋਠ ਮਠੰਦਿਆ ਵਾਲੀਆ ਜਦ ਦੇ ਸਾਡੀ ਸਾਰ ਵਾ ਕੋਠ ਮਠੰਦਿਆ ਦੀ ਸਰਾਈ ਜਿਹੜੀ ਪੰਜਾਬੀ ਨਹੀਂ ਹੈਗੀ ਅਸੀਂ ਉਹਨਾਂ ਨੂੰ ਆਪਣੇ ਬਾਬੇ ਮੈਨੇ ਨੇ ਪੰਜਾਬੀ ਤੇ ਹੈ ਆ ਕੋਠ ਮਠੰਦਿਆ ਵਾਲੀਆ ਲੈ ਜਦ ਦੇ ਸਾਡੀ ਸਾਰ ਇੱਕ ਤਿੱਖੜਾ ਨੈਣ ਨੁਕੀਲੜਾ ਸਾਡੇ ਦਿਲ 'ਚ ਹੀ ਹੋਇਆ ਪਾਰ ਹਾਏ 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 ਰਾਗ ਗੋਠ ਮਿਠੰਦੇ ਵਾਲੀਆ ਲੈ ਜਬਦੇ ਸਾਡੀ ਸਾਰ ਇੱਕ ਤਿੱਖੜਾ ਨੈਣ ਨੁਕੀਲੜਾ ਸਾਡੇ ਦਿਲ 'ਚ ਹੀ ਹੋਇਆ ਪਾਰ ਸਾਨੂੰ ਚੜਿਆ ਤਈਆ ਹਿਜਰ ਦਾ ਸਾਡਾ ਕਰ ਲੈ ਕੋਈ ਤੋੜ ਸਾਨੂੰ ਬਿਰਹਣ ਜੋਕਾਂ ਲੱਗੀਆਂ ਸਾਡਾ ਲਿਤਾ ਲੋਹ ਵਿਚੋੜ ਹਾਏ 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 ਵਾਹ ਵਾਹ ਅਸਾਂ ਆਪਣੇ ਹੀ ਗੱਲ ਲੱਗ ਕੇ ਅਸਾਂ ਆਪਣੇ ਹੀ ਗੜ ਲੱਗ ਕੇ ਨਿਤ ਪਾਈਏ ਸੋ ਸੋ ਵਹਿਣ ਸਾਨੂੰ ਤੇ ਗੜ ਨਹੀਂ ਕੋ ਲੱਭੰਦਿਆ ਜੇ ਤੇ ਸਿਰ ਰੱਖ ਕੇ ਰੋਲੀਏ ਆਸਾਂ ਆਪਣੇ ਹੀ ਗੜ ਲੱਗ ਕੇ ਨਿਤ ਪਾਈਏ ਸੋ ਸੋ ਵਹਿਣ ਸਾਡੀ ਆ ਕਿਸਮਤ ਨੂੰ ਚਿੰਬੜੀ ਇੱਕ ਭੁੱਖਾ ਮਾਰੀ ਡੈਣ ਵਾਹ ਉਹ ਬੜੇ ਬੋਲੀਏ ਚੜਾਲਾ ਆਸਾਂ ਆਪਣੇ ਹੀ ਗੜ ਲੱਗ ਕੇ ਨਿਤ ਪਾਈਏ ਸੋ ਸੋ ਵਹਿਣ ਸਾਡੀ ਆ ਕਿਸਮਤ ਨੂੰ ਚਿੰਬੜੀ ਇੱਕ ਭੁੱਖਾ ਮਾਰੀ ਡਹਿਣ ਇਹਨੂੰ ਕਿਲੋ ਮੰਤਰ phੂਕੇ ਇਹਨੂੰ ਕੱਢੋ ਦੇਸੋਂ ਦੂਰ ਇਹ ਪਿਛਲ ਪੈਰੀ ਉਤਰੀ ਇੱਥੇ ਬਣ ਬਣ ਬੈਠੇ ਹੂਰ ਅੱਜ ਪੈ ਗਿਆ ਕਾਲ ਪ੍ਰੀਤ ਦਾ ਅੱਜ ਨਫ਼ਰਤ ਕੀ ਤਾਜ਼ੋਰ ਅੱਜ ਪੈ ਗਿਆ ਕਾਲ ਪ੍ਰੀਤ ਦਾ ਅੱਜ ਨਫ਼ਰਤ ਕੀ ਤਾਜ਼ੋਰ ਕਰ ਤਤਾ ਲੋਗੜ ਪ੍ਰੇਮ ਦਾ ਸਾਡੇ ਜੁੱਸੇ ਕਰੋ ਟਕੋਰ ਹਾਏ 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 ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚੱਲ ਚੱਲ ਹਫ ਗਏ ਸਾਹ ਹਾਏ ਹਾਏ ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚਲ-ਚਲ ਹਫਗੇ ਸਾ ਨਿਤ ਫੰਦੇ ਬੁਣ-ਬੁਣ ਸੁਖੰਦੇ ਅਸਾਂ ਖੁਦ ਨੂੰ ਦੇਂਦੇ ਫਾ ਵਾ 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 ਕੀ ਬਾਤ ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚਲ-ਚਲ ਹਫਗੇ ਸਾ ਨਿਤ ਫੰਦੇ ਬੁਣ-ਬੁਣ ਸੁਖੰਦੇ ਅਸਾਂ ਖੁਦ ਨੂੰ ਦੇਂਦੇ ਫਾ ਸਾਨੂੰ ਵੇਲਾ ਪਛ ਲਗਾਮਦਾ ਉੱਤੇ ਘੜੀਆਂ ਪਾਉਣ ਲੂਣ ਹੇ 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 ਸਾਨੂੰ ਵੇਲਾ ਪੱਛ ਲਗਾਵੰਦਾ ਉੱਤੇ ਘੜੀਆਂ ਪਾਮਣ ਲੂਣ ਦਿਨ ਰਾਤਾਂ ਮੱਛ ਮਰੀ ਲੜੇ ਸਾਨੂੰ ਗਮ ਦੀ ਦਲਦਲ ਧੂਣ ਸਾਨੂੰ ਲੜਦੇ ਠੂਏ ਯਾਦ ਦੇ ਸਾਡਾ ਜੁਸਾ ਨੀਲੋ ਨੀਲ ਕੀ ਬਾਤ ਸਾਨੂੰ ਲੜਦੇ ਠੂਏ ਯਾਦ ਦੇ ਸਾਡਾ ਜੁਸਾ ਨੀਲੋ ਨੀਲ ਉਹ ਸਾਨੂੰ ਕੂੜੇ-ਕੂੜਾ ਆਖਦੇ ਕੀ ਦਈਏ ਅਸਾਂ ਦਲੀਲ ਵਾਹ ਸਾਨੂੰ ਲੜਦੇ ਠੂਏ ਯਾਦ ਦੇ ਸਾਡਾ ਜਸਾ ਨੀਲੋ ਨੀਲ ਸਾਨੂੰ ਕੂੜੇ ਕੂੜਾ ਆਫ ਦੇ ਕੀ ਦਈਏ ਅਸਾਂ ਦਲੀਲ ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਤੂੰ लाडला ਬੋਲੀ ਮਾਂ ਦਾ ਤੇਰੀ ਜਗ ਤੇ ਰਣੀ ਆਵਾਜ਼ ਵਾਹ ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜਗ ਤੇ ਰਹਿਣੀ ਬਾਜ ਲੈ ਫੈਜ਼ ਫਰੀਦ ਕਬੀਰ ਤੂੰ ਕੀਤਾ ਉਲਫਤ ਦਾ ਪ੍ਰਚਾਰ ਵਾਹ ਲੈ ਫੈਜ਼ ਫਰੀਦ ਕਬੀਰ ਤੂੰ ਕੀਤਾ ਉਲਫਤ ਦਾ ਪ੍ਰਚਾਰ ਤੂੰ ਨਫਰਤ ਦੇ ਵਿੱਚ ਡੁੱਬਦੇ ਕਈ ਬੇੜੇ ਕੀਤੇ ਪਾਰ ਤੂੰ ਮਾਨ ਵਧਾਇਆ ਪੁਰਸ਼ ਦਾ ਤੂੰ ਵੰਡਿਆ ਅਤ ਪਿਆਰ ਪਾ ਸੱਚ ਦੀ ਛਾਨਣੀ ਪਾਪ ਚੋਂ ਤੂੰ ਲਿੱਤਾ ਪੁੰਨ ਨਤਾਰ ਵਾਹ ਤੇਰਾ ਵਸੇ ਗੁਰੂ ਦਵਾਰੜਾ ਤੇਰਾ ਉੱਚਾ ਹੋਵੇ ਨਾ ਦਿਨ ਰਾਤੀ ਸੀਸਾ ਦੇਵੰਦੀ ਤੈਨੂੰ ਨਾਨਕ ਬੋਲੀ ਮਾਂ ਆਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ ਹਾਲਾਂਕਿ ਸ਼ਿਵ ਕੁਮਾਰ ਛੋਟੀ ਉਮਰ ਦਾ ਜਵਾਨ ਆ ਆਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ ਅਸਾਂ ਟਰਪੇ ਤੇਰੀ ਰਾਤ 에 ਅਸਾਂ ਨੱਪੀ ਤੇਰੀ ਪੈੜ ਤੂੰ ਛੋਟੀ ਉਮਰੇ ਪਿਆਰਿਆ ਕੀਤਾ ਉਮਰੋਂ ਵੱਧ ਕਮਾਲ ਤੂੰ ਮਾਂ ਬੋਲੀ ਦਾ ਬੂਟੜਾ ਲਿਆ ਲੋ ਆਪਣੇ ਨਾਲ ਪਾਲ ਤੂੰ ਭੁੰਨੇ ਪੀੜ ਪ੍ਰਗ ਰਹੇ ਤੂੰ ਪੀਤੀ ਕੋਲ ਰਸੋਂਦ ਤੂੰ ਪੁਨੇ ਪੀੜ ਪਰਾਗਰੇ ਤੂੰ ਪੀਤੀ ਕੋਲ ਰਸੌਂਤ ਤੇਰਾ ਲਿਖਿਆ ਗਾਣਾ ਕੱਢ ਦੇ ਕਈ ਸੁਰ ਦੇ ਸ਼ਾ ਕਲਾਉਂਤ ਪਾ ਛਾਪਾਂ ਛੱਲੇ ਪੈਂਖੜਾ ਲਾ ਟਿੱਕਾ ਨੱਥ ਪਜੇਬ ਵਾਹ ਪਾ ਛਾਪਾਂ ਛੱਲੇ ਪੈਂਖੜਾ ਲਾ ਟਿੱਕਾ ਨੱਥ ਪਜੇਬ ਤੂੰ ਵਰਤ ਕੇ ਲਫ਼ਜ਼ ਨੁਖੜੇ ਭਰੀ ਮਾਂ ਬੋਲੀ ਦੀ ਜੇਬ ਉਹ ਤੁਸਾਂ ਸਭ ਸੱਚ ਜੇ ਸੁਚੜੇ ਰਲ ਪੇਸ਼ ਕਰੋ ਫਿਰ ਯਾਦ ਵਾਹ ਤੁਸਾਂ ਸਭ ਸੱਚ ਜੇ ਸੁਚੜੇ ਤੁਸਾਂ ਸਭ ਜਿਤਨੇ ਸਾਰੇ ਮੈਂ ਗਿਨੇ ਨੇ ਤੁਸਾਂ ਸਭ ਸੁਚੇ ਜੇ ਸੁਚੜੇ ਰਲ ਪੇਸ਼ ਕਰੋ ਫਰਿਆਦ ਰੱਬ ਮਾਂ ਬੋਲੀ ਦਾ ਉਜੜਿਆ ਘਰ ਫੇਰ ਕਰਿਆ ਬਾਦ ਚੱਲ ਛੱਡ ਨਦੀਮੇ ਕਾਦਰੀ ਹੁਣ ਕਰਦੇ ਪੁਰ ਕਲਾਮ ਤੂੰ ਸੇਵਕ ਬੋਲੀ ਮਾਂ ਦਾ ਤੇਰਾ ਜਗ ਤੇ ਰਹਿਣਾ ਨਾਮ ਤੂੰ ਸੇਵਕ ਬੋਲੀ ਮਾਂ ਦਾ ਤੇਰਾ ਜਗ ਤੇ ਰਹਿਣਾ ਨਾਮ ਕੀ ਬਾਤ ਹੁੰਦੇ ਰਹੋ ਕੀ ਬਾਤ ਇਹ ਨਜ਼ਮ ਵਿੱਚ ਹਿਜਰ ਵੀ ਵਸਾਲ ਵੀ ਫਿਰ ਉਸ ਬਾਦ ਸੂਫੀਆ ਗ੍ਰਾਮ ਦਾ ਰੰਗ ਵੀ ਹਰ ਚੀਜ਼ ਨਜ਼ਰ ਆਈ ਹੈ ਕਿ ਭਾਵੇਂ ਹਿਜਰ ਤੇ ਭਾਵੇਂ ਵੀ ਸਾਲ ਹੋਵੇ ਉਹ ਗਾਲਬ ਦਾ ਸੂਫੀ ਸਾਹਿਬ ਨੇ ਤਰਜਮਾ ਕੀਤਾ ਵੱਖੋ ਵੱਖ ਦੋਹਾਂ ਦੀਆਂ ਲਜ਼ਤਾਂ ਨੇ ਭਾਵੇਂ ਹਿਜਰ ਤੇ ਭਾਵੇਂ ਵੀ ਸਾਲ ਹੋਵੇ ਵੱਖੋ ਵੱਖ ਦੋਹਾਂ ਦੀਆਂ ਲਜ਼ਤਾਂ ਨੇ ਮੇਰੇ ਸੋਹਣਿਆ ਜਾ ਹਜ਼ਾਰ ਵਾਰੀ ਆ ਜਾ ਪਿਆਰਿਆ ਤੇ ਲੱਖ ਵਾਰ ਆ ਜਾ ਸੂਫੀ ਦੀ ਗੱਲ ਹੈ ਵਾਹ ਵਾਹ ਕੀ ਬਾਤ ਇਹ ਦੋਹਾਂ ਦੀ ਲਜ਼ਤ ਆਪਣੀ ਆਪਣੀ ਹੈ ਤੇ ਹੈ ਦੋਵੇਂ ਇੱਕੋ ਹੀ ਆ ਦੂਜਾ ਹੈ ਨਹੀਂ ਬਿਲਕੁਲ ਹਾਂ ਬਾਈ ਅਸਰ ਹਾਜ਼ਰ ਦੇ ਕਿਸ ਸ਼ਾਇਰ ਤੋਂ متاثر ਹੋ ਸਾਰੇ ਚੰਗਾ ਲਿਖਦੇ ਨੇ ਨਹੀਂ ਕੋਈ ਇੱਕ ਐਸੀ ਸ਼ਖਸੀਅਤ ਮੈਂ ਸ਼ਿਵ ਤੋਂ متاثر ਸੂਫੀਆਂ ਤੋਂ ਬਾਅਦ ਅਗਰ ਬੁੱਲੇ ਸ਼ਾਹ ਜੀ ਬਾਰੇ ਸ਼ਾਹ ਜੀ ਸ਼ਾਹ ਹੁਸੈਨ ਸ਼ਿਵ ਫਿਰ ਬਾਬਾ ਨਜਮੀ ਇਨਕਲਾਬ ਦੇ ਵਿੱਚ ਬਹੁਤ ਸੋਹਣਾ ਹੂੰ ਫਿਰ ਭਾਈ ਤਜਮਲ ਕਲੀਮ ਗਜ਼ਲ ਸੁਭਾਨ ਅੱਲਾਹ ਕਿਆ ਕਹਨੇ ਹੂੰ ਇਸ ਤਰ੍ਹਾਂ ਕਰਕੇ ਜੀ ਜਿਹੜਾ ਆਪਣੀ ਜਗ੍ਹਾ ਸਾਰੇ ਉਹ ਆਪਣੇ ਲਹਿਜੇ ਦਾ ਰਾਇ ਨਾਸਰ ਆਪਣੇ ਲਹਿਜੇ ਦਾ ਰਾਇ ਨਾਸਰ ਖਰਾਲ ਸਾਹਿਬ ਹਾਂ ਤਾਂ ਉਹ ਇਸ ਤਰ੍ਹਾਂ ਕਰਕੇ ਜਿਹੜਾ ਵੀ ਬੰਦਾ ਜਿੱਥੇ ਨਾਲੇ ਜਿੱਥੇ ਵੀ ਕੋ ਖਲੋ ਕੇ ਲਿਖਦਾ ਨਾ ਪੂਰਾ ਟਿਲ ਲਾ ਕੇ ਪੂਰਾ ਪਵਾ ਪਾਰ ਹੋ ਕੇ ਕਰਦਾ ਵਾ ਬਿਲਕੁਲ ਉਹ ਬਾਤ ਹੀ ਗੱਲ ਹੈ ਕਿ ਐਵੇਂ ਦੂਸਰੇ ਨਾਲ ਜਿੰਨੂੰ ਦੂਜੇ ਨੂੰ ਚੰਗਾ ਲੱਗਣਾ ਤੇ ਉਦੋਂ ਚੰਗਾ ਤੇ ਸਾਰੇ ਵੱਡੇ ਨੇ ਬਾਬਾ ਨਜ਼ਮੀ ਜੀ ਨੇ ਭਾਈ ਤੇਜਮਲ ਜੀ ਨੇ ਬੜਾ ਪਿਆਰ ਕਰਦੇ ਨੇ ਮੇਰੇ ਨਾਲ ਰਾਏ ਸਾਹਿਬ ਤੇ ਢੇਰ ਪਿਆਰ ਕਰਦੇ ਨੇ ਸਾਰੇ ਮੇਰੇ ਵੱਡੇ ਨੇ ਮੇਰੇ ਪਿਆਰੇ ਨੇ ਬਿਲਕੁਲ ਐਵੇਂ ਨਿੱਜੀ ਜ਼ਿੰਦਗੀ ਤੋਂ ਕੁਝ ਸਵਾਲات ਜੀ ਅਗਰ ਤੁਸੀਂ ਇਜਾਜ਼ਤ ਦਿਓ ਇਹ ਰੰਗ ਚੜਨ ਤੋਂ ਪਹਿਲੇ ਕੋਈ ਮੁਹੱਬਤ ਹੋਈ ਜੀ ਕਿਉਂਕਿ ਇਸ ਮੁਹੱਬਤ ਤੇ ਤੁਸੀਂ ਆ ਗਏ ਇਸ ਤੋਂ ਪਹਿਲੇ ਕੋਈ ਦੁਨੀਆਵੀ ਮੁਹੱਬਤ ਇੱਕ ਲਾਈਨ ਮੈਂ ਵਾਰਿਸ਼ ਆਦੀ ਕਹਿੰਨਾ ਕੇ ਵਾਰਸ਼ਾ ਹਕੀਕੀ ਦੀ ਲੈਣ ਲਜ਼ਤ ਹੂੰ ਵਾਰਸ਼ਾ ਹਕੀਕੀ ਦੀ ਲੈਣ ਲਜ਼ਤ ਪਹਿਲੋਂ ਚੱਖ ਕੇ ਲੂਣ ਮਜਾਜ਼ੀਆਂ ਦੇ ਵਾਹ ਇਹ ਲੂਣ ਚੱਖਿਆ ਜੀ ਮੈਂ ਇੱਕ ਗੱਲ ਕਰ ਰਿਹਾ ਵੈਸੇ ਚੱਖਿਆ ਜੀ ਉਹ ਬਾਬਾ ਜੀ ਮੈਂ ਮੈਂ ਤਾਂ ਵਾਰਸ਼ਾ ਜੀ ਦੀ ਲੈਣ ਦੱਸ ਰਿਹਾ ਤੁਹਾਨੂੰ ਚੱਖਿਆ ਕਿ ਉਹ ਸਾਰਾ ਉਹ ਵੀ ਸਾਰਾ ਇੱਕੋ ਹੀ ਆ ਉਹ ਕਿਹੜਾ ਦੋ ਸੀ ਉਹਦੋਂ ਭੁੱਲ ਸੀ ਮੇਰੀ ਉਹ ਹੋਰ ਸੀ ਤੇ ਇਹ ਹੋਰ ਸੀ ਤੇ ਮੈਂ ਹੋਰ ਸੀ ਇਹ ਨਹੀਂ ਸੀ ਇਹ ਭੁੱਲ ਸੀ ਸਹੀ ਉਹ ਪਿਆਰ ਹੁੰਦਾ ਈ ਆ ਲੇਕਿਨ ਹੁਣ ਇੱਕ ਦੀ ਖੇਡ ਆ ਤੇ ਉਹ ਮਜਾਜ਼ੀ ਮਿਲਿਆ ਉਹ ਹਕੀਕੀ ਆ ਉਹ ਮਜਾਜ਼ ਕਿਹੜਾ ਰਹਿ ਗਿਆ ਹਕੀਕੀ ਠੀਕ ਕੋਈ ਗਾਣੇ ਸੁਣਦੇ ਹੋ ਜੀ ਹਾਂ ਬਹੁਤ ਸੁਣਦਾ ਕਿਹੜਾ ਫੇਵਰੇਟ ਗਾਣਾ ਹੈ ਜੀ ਤੁਹਾਡਾ ਪਸੰਦੀਦਾ ਗਾਣਾ ਕਿਹੜਾ ਬਹੁਤ ਸਾਰੇ ਯਾਨੀ ਉਹ ਅਗਰ ਮੈਂ ਗੁਲਾਕਾਰ ਕਹਿ ਲਵਾਂ ਕਿ ਪਸੰਦ ਹੈ ਤੁਹਾਨੂੰ ਗਜ਼ਲ ਗਜ਼ਲ ਸੁਣਦਾ ਹਾਂ ਮੈਂ ਗਜ਼ਲ ਜੋ ਯਾਨੀ ਕਿ ਮੈਨੂੰ ਇਜਾਜ਼ ਕੈਸਰ ਪਸੰਦ ਸੀ ਮੇਰੇ ਬੇਲੀ ਵੀ ਸਨ ਮੇਰੇ ਬੜੇ ਪਿਆਰੇ ਸਾਧੂ ਜੀ ਪ੍ਰਾਈਡ ਆਫ ਪਰਫਾਰਮੈਂਸ ਹਨ ਪਰਦਾ ਕਰਗੇ ਇਜਾਜ਼ ਕੈਸਰ ਉਦਾਂ ਮਹਿੰਦੀ ਅਸਰਖਾਨ ਸਾਹਿਬ ਨੂੰ ਮੈਂ ਸੁਣਦਾ ਵਾਂ ਫਿਰ ਆਪਣਾ ਅਮਾਨਤ ਅਲੀ ਖਾਨ ਸਾਹਿਬ ਸੁਭਾਨ ਅੱਲਾਹ ਕੀ ਆ ਬਾਤ ਆ ਉਹ ਯਾਨੀ ਲੇਕਿਨ ਇਜਾਜ਼ ਤੇ ਮੈਨੂੰ ਇੱਥੇ ਆਣ ਕੇ ਜਿਵੇਂ ਤੁਸੀਂ ਬਿਟੇ ਨਾ ਇਦਾਂ ਮੇਰੇ ਨਾਲ ਪਿਆਰ ਕਰਦੇ ਸੀ ਬਲਕਿ ਉਹਨਾਂ ਨੇ ਮੇਰੀਆਂ ਗਜ਼ਲਾਂ ਗਾਈਆਂ ਨੇ ਉਹ ਦਰਦ ਹੀ ਖੁਦ ਹੌਸਲਾ ਦੇਣੇ ਲਗਾ ਮੁਝ ਕੋ ਮੰਜ਼ਲ ਕਾ ਪਤਾ ਦੇਣੇ ਲਗਾ ਕੀ ਬਾਤ ਜ਼ਖਮ ਤੇਰਾ ਇੱਕ ਸ਼ੋਲਾ ਥਾ ਜਿਸੇ ਜਬ ਬੁਝਾ ਖੁਦ ਦਿਲਵਾ ਦੇਣੇ ਲਗਾ ਇਹ ਉਹਨਾਂ ਨੇ ਗਾਈ ਇਜਾਜ਼ ਕੈਸਰ ਜਦੋਂ ਮੈਂ ਉਰਦੂ ਲਿਖਦਾ ਹੁੰਦਾ ਸੀ ਫਿਲਮਾਂ ਦੇਖਦੇ ਹੋ ਜੀ ਫਿਲਮਾਂ ਵੀ ਦੇਖੀ ਦੀ ਕਿਹੜੀ ਪਸੰਦੀਦਾ ਫਿਲਮ ਹੈ ਬੜੇ ਚਿਰ ਤੋਂ ਤੇ ਹਾਲੇ ਲੂਸੀ ਵਰਗੀ ਨਹੀਂ ਕੋਈ ਮੂਵੀ ਲਗੀ ਲੂਸੀ ਲੂਸੀ ਕੋਈ ਗਾਣੇ ਸੁਣਦੇ ਹੋ ਜੀ ਹਾਂ ਬਹੁਤ ਸੁਣਨਾ ਕਿਹੜਾ ਫੇਵਰੇਟ ਗਾਣਾ ਹੈ ਜੀ ਤੁਹਾਡਾ ਪਸੰਦੀਦਾ ਗਾਣਾ ਕਿਹੜਾ ਉਹਦੇ ਚ ਨਾ ਬੜਾ ਅੰਗੋ ਮੈਂ ਜਿਸ ਤਰ੍ਹਾਂ ਉਹਨੂੰ ਖੋਲਦਾ ਕਿਉਂਕਿ ਮੈਂ ਤਾਂ ਐਡਾ ਪੜਿਆ ਨਹੀਂ ਮੈਂ ਆਪਣੇ ਰੰਗ ਨਾ ਵੇਖਦਾ ਨਾ ਉਹ ਆਪਣੇ ਆਪ ਦੀ ਉਹ ਤਬਦੀਲ ਕਰਨਾ ਇਹ ਬਲਕਿ ਤੁਸੀਂ ਵੇਖਿਓ ਫਿਰ ਮੇਰੇ ਨਾਲ ਗੱਲ ਕਰਨਾ ਫਿਰ ਕਈ ਕੁਝ ਖੁੱਲੇਗਾ ਦੇ ਸਾਂਝੇ ਪੰਜਾਬ ਦੀ ਗੱਲ ਕਰਦੇ ਹੋ ਜੀ ਸਾਂਝੇ ਪੰਜਾਬ ਦਾ ਕੀ ਨਜ਼ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਸਾਂਝਾ ਮੇਰਾ ਮਦਸਾ ਕੀ ਹੈ ਕਿ ਅਗਰ ਅਸੀਂ ਦੋ ਭਰਾ ਵਾ ਅਸੀਂ ਲਹਿਦਾ ਲਹਿਦਾ ਹੋਗੇ ਤੇ ਸਾਨੂੰ ਪਹਿਲੋਂ ਆਪਣੇ ਘਰ ਨਾਲ ਮੁਖਲਿਸ ਹੋਣਾ ਚਾਹੀਦਾ ਵਾ ਫੇਰ ਸਾਂਝ ਜਿਹੜੀ ਯਾਨੀ ਕਿ ਗੱਲ ਹੁੰਦੀ ਹੈ ਨਾ ਤੇ ਸਾਂਝਾ ਤੇ ਹੈ ਹੀ ਹੈ ਜੇ ਦਿਲ ਸਾਂਝੇ ਨੇ ਤੇ ਕਿਉਂਕਿ ਉਹ ਤੇ ਮੰਦੇ ਨਹੀਂ ਨਾ ਵਾਰਸ਼ਾ ਜੀ ਕਹਿੰਦੇ ਨੇ ਕਿ ਜਿਹੜਾ ਵਤਨ ਤੇ ਜਾਤ ਵੱਲ ਧਿਆਨ ਦੇਵੇ ਉਹ ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ

तो बाबा गुलाम हुसैन जहां शायरी करते हैं वहां तसव्वुफ का भी प्रचार करते हुए नजर आते हैं बहुत शुक्रिया